ਗੱਲ ਸੁਣ ਸਣੀ। ਹਾਂ ਬਾਪੂ। ਆ ਵਿਆਹ ਤਾਂ ਤੂੰ ਆਪਦੀ ਮਰਜ਼ੀ ਨਾਲ ਕਰਾ ਲਿਆ, ਮੇਰੀ ਗੱਲ ਕੰਨ ਖੋਲ ਕੇ ਸੁਣ ਲੈ ਇੱਕ। ਆ ਨਵੀਂ ਬਹੂ ਨੂੰ ਕਹਿ ਦੀ ਵੀ ਤੂੜੀ ਵਾਲੇ ਕੋਠੇ 'ਚ ਨਹੀਂ ਜਾਣਾ, ਉਹਨੂੰ ਜਿਵੇਂ ਮਰਜ਼ੀ ਰੋਕੀ, ਠੀਕ ਹੈ? ਉਹ ਬਾਪੂ ਤੂੰ ਬੇਫਿਕਰ ਹੋ ਜਾ, ਉਹਨੂੰ ਮੈਂ ਕਹਿ ਦਿੰਦਾ ਬਹਾਨੇ ਬਹਾਨੇ ਨਾਲ ਕਿਸੇ ਨਾਲ ਇਹੋ ਜਿਹਾ ਬਹਾਨਾ ਮਾਰੂੰਗਾ ਵੀ ਉਹ ਜਾਣੀ ਨਹੀਂ ਚਾਹੀਦੀ ਉੱਧਰ, ਠੀਕ ਹੈ ਨਾ? ਬਸ ਠੀਕ ਹੈ, ਜੇ ਉਹਨੂੰ ਕੋਈ ਭਿਣਕ ਵੀ ਲੱਗ ਗਈ ਨਾ ਮੈਥੋਂ ਬੁਰਾ ਕੋਈ ਨਹੀਂ। ਬਸ ਠੀਕ ਹੈ ਬਾਪੂ, ਨਾਲੇ ਤੂੰ ਆਪਦਾ ਧਿਆਨ ਜਿਹਾ ਰੱਖੀ, ਠੀਕ ਹੈ ਨਾ? ਮੂਹਰੇ ਬੈਠਾ ਹੁਣ ਨਾ ਇਹ ਨਾ ਹੋਵੇ ਵੀ ਮੈਂ ਆਪਦਾ ਬਾਹਰ ਕੰਮ 'ਤੇ ਵਗ ਜਾਂ ਤਾਂ ਤੂੰ ਅੰਦਰ ਵਾੜ ਦੇ ਉਹਨੂੰ। ਕੋਈ ਨਹੀਂ ਪੁੱਤ, ਮੇਰਾ ਹੁਣ ਸਾਰਾ ਧਿਆਨ ਹੀ ਇੱਧਰ ਹੈ, ਮੈਂ ਹੋਰ ਕਿਸੇ ਪਾਸੇ ਨਹੀਂ ਜਾਂਦਾ। ਬਸ ਗੱਲ ਹੀ ਇਹ ਆ ਵੀ ਤੂੰ ਆਪਦਾ ਧਿਆਨ ਰੱਖੀ, ਉਹਨੂੰ ਤਾਂ ਮੈਂ ਆਪੇ ਰੋਕ ਲੂੰਗਾ, ਇਹ ਨਾ ਹੋਵੇ ਸਾਰਾ ਮਿਸ਼ਨ ਹੀ ਫੇਲ ਹੋ ਜੇ ਆਪਣਾ ਫਿਰ। ਨਾ ਤੈਨੂੰ ਪਤਾ ਵੀ ਐਡਾ ਆਪਾਂ ਕੰਮ ਕਰੀ ਬੈਠੇ ਹਾਂ, ਤੈਨੂੰ ਕੀ ਕਾਹਲ ਹੋ ਗਈ ਸੀ ਵਿਆਹ ਕਰਾਉਣ ਦੀ? ਮਰ ਜਾਂਦੀ ਨਾ ਕਤਲ ਗਲ ਪੈ ਜਾਂਦਾ, ਮੇਰੀ ਜਵਾਨਤ ਕੌਣ ਕਰਾਉਂਦਾ 302 'ਚ, 10 ਸਾਲਾਂ ਦੀ ਹੋ ਜਾਂਦੀ ਮੈਨੂੰ, ਇੱਥੇ ਬੈਠਾ ਰਹਿੰਦਾ ਇਕੱਲਾ, ਤੈਨੂੰ ਤਾਂ ਰੋਟੀ ਵੀ ਨਹੀਂ ਸੀ ਹਾਸਲ ਹੋਣੀ। ਚੱਲ ਠੀਕ ਹੈ, ਉਹਨੂੰ ਸਮਝਾ ਦੀ ਚੰਗੀ ਤਰ੍ਹਾਂ, ਕੋਈ ਗੱਲ ਬਾਹਰ ਨਾ ਜਾਵੇ ਹੁਣ। ਚੱਲ ਠੀਕ ਆ ਬਾਪੂ, ਹੁਣ ਤਾਂ ਮੈਂ ਜਾਂਦਾ ਹੋਏ ਕਹਿ ਜਾਂਦਾ, ਨਾਲੇ ਇਹ ਨਾ ਹੋਵੇ ਤੂੰ ਜਾ ਕੇ ਸੱਥ 'ਚ ਬੈਠ ਜੇ, ਠੀਕ ਹੈ ਨਾ? ਤੈਨੂੰ ਪਤਾ ਮੈਂ ਅਣਗਹਿਲੀ ਨਹੀਂ ਕਰਦਾ, ਅਤੇ ਇਹ ਉੱਧਰ ਜਾ ਵੜੇ। ਉਹ ਕੋਈ ਗੱਲ ਨਹੀਂ, ਮੈਂ ਤਾਂ ਹੁਣ ਪੂਰਾ ਪਹਿਰਾ ਦਊਂਗਾ, ਪਰ ਛੇਤੀ ਨਿਬੇੜ ਕੇ ਆ ਜਾ ਕੰਮ ਆਪਦਾ। ਮੈਂ ਨਿਬੇੜਿਆ ਵਾਂ, ਮੈਂ ਇਹਨੂੰ ਕਹੀ ਜਾਂਦਾ, ਠੀਕ ਹੈ ਨਾ? ਚੰਗਾ। ਜਵਾਕਾਂ ਦਾ ਵੀ ਸਰਿਆ ਆਪਦੇ ਹੀ ਚਲਾਉਂਦੇ ਨੇ ਹੁਣ। ਖੁਸ਼ ਤਾਂ ਹੈ? ਖੁਸ਼ ਹੀ ਆ, ਤੇ ਮੇਰੀ ਗੱਲ ਸੁਣੋ, ਅੱਜ ਜਾਂਦੇ ਨੇ ਸ਼ਹਿਰ ਮੇਰੇ ਨਾਲ, ਤੂੰ ਤਾਂ ਬਿਜ਼ੀ ਕਰੀ ਜਾਂਦੇ ਨੇ। ਗੱਲ ਸੁਣ, ਸ਼ਹਿਰ ਨਹੀਂ ਜਾਣਾ, ਮੈਨੂੰ ਨਾ ਥੋੜ੍ਹਾ ਜਿਹਾ ਕੰਮ ਹੈ ਅਤੇ ਮੈਂ ਉੱਥੇ ਜਾ ਕੇ ਆਉਣਾ, ਤਾਂ ਹੀ ਮੈਂ ਤਿਆਰ ਹੋਇਆ। ਨਾਲੇ ਤੈਨੂੰ ਮੈਂ ਇੱਕ ਗੱਲ ਦੱਸ ਦਿੰਦਾ, ਉੱਧਰ ਬਾਹਰਲੇ ਘਰੇ ਰੱਖਿਆ ਆਪਾਂ ਨੇ ਕੁੱਤੇ। ਅੱਛਾ। ਹਾਂ, ਤੂੰ ਉੱਧਰ ਨਹੀਂ ਜਾਣਾ, ਠੀਕ ਹੈ ਨਾ? ਲੈ ਕੁੱਤਿਆਂ ਤੋਂ ਡਰਾਈ ਜਾਂਦੇ ਹੋ, ਮੈਨੂੰ ਹੱਦ ਹੋ ਗਈ। ਉਹ ਬਾਲੇ ਭੈੜੇ ਆ, ਉਹ ਬਾਪੂ ਦੇ ਰੱਖੇ ਹੋਏ ਸ਼ੌਂਕ ਨਾਲ ਬਾਪੂ ਕਰਦਾ ਵਪਾਰ ਉਹਨਾਂ ਦਾ, ਤੂੰ ਉੱਧਰ ਜਾਣਾ ਨਹੀਂ। ਫਿਰ ਤਾਂ ਸਗੋਂ ਦੀ ਵਧੀਆ ਗੱਲ ਹੈ, ਮੈਂ ਵੀ ਸਾਂਭਿਆ ਕਰੂੰ, ਉਹਨਾਂ ਨੂੰ ਰੋਟੀ ਪਾਇਆ ਕਰੂੰ, ਕਦੇ ਦੁੱਧ ਪਾ ਜਾਂਦਾ ਕਦੇ ਕੁਛ, ਵਧੀਆ ਸਗੋਂ ਦੀ। ਮੈਨੂੰ ਤਾਂ ਕੁੱਤੇ ਨਾਲ ਇੰਨਾ ਪਿਆਰ ਹੈਗਾ। ਮੈਂ ਤੈਨੂੰ ਕਿਹਾ ਨਾ ਇੱਕ ਵਾਰੀ ਵੀ ਨਹੀਂ ਜਾਣਾ। ਇੰਨੇ ਗੁੱਸੇ ਨਾਲ ਕਿਉਂ ਬੋਲਦੇ ਯਾਰ? ਉੱਧਰ ਬਾਪੂ ਰਹਿੰਦਾ ਇਕੱਲਾ, ਠੀਕ ਹੈ ਨਾ? ਉਹ ਬਿਮਾਰ ਆ, ਉਹਦੇ ਐਲਰਜੀ ਉਲਰਜੀ ਹੋਈ ਵੀ ਆ, ਕਈ ਵਾਰੀ ਦਵਾਈ ਦਵੂਈ ਲਾਈ ਜਾਂਦਾ ਹੁੰਦਾ ਉਹਦੇ ਪਿੰਡੇ 'ਚ, ਜਾਣਾ ਹੀ ਨਹੀਂ ਤੂੰ ਉੱਧਰ। ਫਿਰ ਤੁਸੀਂ ਇਹ ਗੱਲ ਪਿਆਰ ਨਾਲ ਵੀ ਕਹਿ ਸਕਦੇ? ਪਿਆਰ ਨਾਲ ਫਿਰ ਤੈਨੂੰ ਮੈਂ ਪਿਆਰ ਨਾਲ ਤਾਂ ਕਹੀ ਜਾਂਦਾਗਾ, ਤੂੰ ਤਾਂ ਸਮਝਦੇ ਨਹੀਂ। ਨਹੀਂ ਮੈਂ ਕਰ ਲਿਆ ਕਰੂੰ, ਐਂ ਕਰ ਲਿਆ ਕਰੂੰ, ਤੂੰ ਨਹੀਂ ਉੱਧਰ ਜਾਣਾ, ਨਹੀਂ ਮੈਂ ਘਰੇ ਤੋਰ ਦੂੰ। ਇੰਨੇ ਗੁੱਸੇ ਹੋਣ ਵਾਲੀ ਤਾਂ ਵਜ੍ਹਾ ਹੀ ਨਹੀਂ ਹੈਗੀ, ਇਹ ਗੱਲ ਹੀ ਨਹੀਂ ਹੈਗੀ। ਸੁਣਦੀ ਨਹੀਂ ਜਦੋਂ ਮੇਰੀ ਗੱਲ, ਵੇਖ ਮੈਨੂੰ ਪਿਆਰ ਕਰਦੀ ਆ ਨਾ? ਨਾ ਫਿਰ ਮੈਨੂੰ ਨਹੀਂ ਪਤਾ, ਮੈਨੂੰ ਨਾ ਬੁਲਾਇਓ, ਠੀਕ ਹੈ? ਬਸ ਤੈਨੂੰ ਮੈਂ ਮੇਰੀ ਗੱਲ ਸੁਣ, ਚੱਲ ਇਦੋਂ ਬਾਅਦ ਨਹੀਂ ਗੁੱਸੇ ਨਾਲ ਬੋਲਦਾ, ਤੂੰ ਬਾਹਰਲੇ ਘਰੇ ਨਹੀਂ ਆਪਣੇ ਜਾਣਾ, ਠੀਕ ਹੈ ਨਾ? ਯਾਰ ਮੈਂ ਛੁਟਕਾਰਾ ਪਾਈ ਜਾਂਦਾ ਵੀ ਤੂੰ ਪਸ਼ੂਆਂ ਦਾ ਕੰਮ ਨਹੀਂ ਕਰਨਾ, ਤੂੰ ਗਾਂ ਕਹੀ ਜਾਂਦੀ ਮੈਂ ਕੁੱਤੇ ਪਾਲਣੇ ਆ। ਮੈਂ ਤਾਂ ਵੈਸੇ ਕਿਹਾ ਸੀਗਾ, ਉਧਰ ਤਾਂ ਮੈਂ ਜਾਂਦਾ ਗੁੱਸੇ ਹੋਣ ਨੂੰ, ਕਿਹਨੇ ਕਿਹਾ ਸੀ ਤੁਹਾਨੂੰ? ਉਹ ਭਰਾਵਾ ਮੇਰੀ ਲੱਤ ਵੱਢ ਲਈ ਸੀ ਉਹਨਾਂ ਨੇ, ਤਾਂ ਕਹਿੰਦਾ ਤੈਨੂੰ ਖੁੱਲੇ ਹੁੰਦੇ ਆ। ਨਾ ਫਿਰ ਇਹਦੇ ਵਿੱਚ ਘਰੇ ਤੋਰਨ ਵਾਲੀ ਕਿਹੜੀ ਗੱਲ ਆ ਗਈ? ਇਹਨਾਂ ਗੁੱਸੇ ਨਾਲ ਬੋਲੀ ਜਾਂਦੇ ਹੋ। ਮੈਂ ਗੁੱਸੇ ਨਾਲ ਨਹੀਂ ਬੋਲਦਾ, ਬਸ ਤੂੰ ਜਾਣਾ ਨਹੀਂ ਉਧਰ, ਮੈਂ ਤੁਹਾਨੂੰ ਸਿੱਧੀ ਗੱਲ ਕਹਿਤੀ, ਨਹੀਂ ਜਾਣਾ ਤਾਂ ਨਹੀਂ ਜਾਣਾ। ਮੈਂ ਵੀ ਇਹੀ ਕਹਿ ਰਹੀ ਹਾਂ ਵੀ ਇਹੀ ਗੱਲ ਮੈਨੂੰ ਪਿਆਰ ਨਾਲ ਕਹਿ ਸਕਦੇ ਹੋ? ਪਿਆਰ ਨਾਲ ਸੁਣਦੀ ਨਹੀਂ ਤੂੰ? ਮੈਂ ਜੇ ਕਹਿ ਵੀ ਕੀ ਦਿੱਤਾ, ਸਿੱਧਾ ਕਹਿ ਦੋ ਵੀ ਸ਼ਹਿਰ ਨਹੀਂ ਲੈ ਕੇ ਜਾਣਾ ਗਾ, ਲੜਾਈਆਂ ਪਾ ਕੇ ਬਹਿ ਗਏ। ਸ਼ਹਿਰ ਲੈ ਚੱਲੂਗਾ ਕੱਲ ਨੂੰ, ਪਰ ਤੂੰ ਉਧਰ ਨਹੀਂ ਜਾਣਾ। ਉਹ ਬਾਬਾ ਨਹੀਂ ਜਾਂਦੀ, ਮੈਨੂੰ ਕੀ ਲੋੜ ਆ ਜਾਣ ਦੀ, ਹੱਦ ਹੋ ਗਈ ਹੈਗੀ।
ਮੈਂ ਤਾਂ ਬਾਪੂ ਜੀ ਨੂੰ ਆਵਾਜ਼ ਮਾਰਨ ਵਾਸਤੇ ਚਲੀ ਜਾਂਦੀ ਹੈਗੀ ਵੀ ਰੋਟੀ ਖਾ ਲੈਣ, ਉਹ ਟਾਈਮ ਤੇ ਰੋਟੀ ਨਹੀਂ ਖਾਂਦੇ ਆ। ਠੰਡੀ ਹੋ ਗਈ, ਚੱਲ ਠੀਕ ਆ ਹੁਣ ਮੈਂ ਚੱਲਦਾ। ਚੰਗਾ ਚੱਲ ਜੋ, ਹੱਦ ਹੋ ਗਈ ਹੈਗੀ। ਤੁਸੀਂ ਪਿਆਰ ਨਾਲ ਵੀ ਕਹਿ ਸਕਦੇ ਹੋਗੇ, ਇੱਕਦਮ ਹੀ ਭੜਕ ਜਾਂਦੇ ਨੇ, ਪਤਾ ਨਹੀਂ ਕੀ ਹੋਇਆ ਇਹਨਾਂ ਨੂੰ। ਚੱਲ ਕੋਈ ਨਾ। ਕਮੋ, ਹਾਂਜੀ, ਚੱਲ ਠੀਕ ਆ, ਧਿਆਨ ਰੱਖੀ ਆਪਦਾ, ਮੈਂ ਜਾਣਾ। ਚੰਗਾ, ਮੈਂ ਤਾਂ ਧਿਆਨ ਰੱਖੂੰਗੀ, ਆਪਦਾ ਵੀ ਰੱਖ ਲਿਆ ਕਰੋ, ਨਾ ਤਾਂ ਤੁਸੀਂ ਘਰੇ ਰੋਟੀ ਖਾ ਕੇ ਜਾਂਦੇ ਹੋ, ਸ਼ਾਮ ਨੂੰ ਕਹਿ ਦਿੰਦੇ ਭੁੱਖ ਲੱਗੀ ਹੈ ਨਾ, ਬਾਹਰ ਖਾਂਦੇ ਹੋਗੇ। ਮੈਂ ਚਾਹ ਪੀ ਲੈਣਾ ਤੇਰੇ ਹੱਥ ਦੀ, ਸ਼ਾਮ ਨੂੰ ਆ ਕੇ ਤੇਰੇ ਨਾਲ ਹੀ ਰੋਟੀ ਖਾਊਂਗਾ, ਹੁਣ ਮੈਨੂੰ ਜਾਣ ਦੇ, ਠੀਕ ਆ। ਤੇ ਫੋਨ ਚੱਕ ਲਿਆ ਕਰੋ, ਫੋਨ ਨਹੀਂ ਚੱਕਦੇ ਹੁੰਦੇ। ਉਹ ਯਾਰ ਫੋਨ, ਹੁਣ ਤੈਨੂੰ ਪਤਾ ਵੀ ਬਾਹਰ ਕੰਮ ਹੀ ਇਹ ਕਾਰਨ ਗਏ ਹੁੰਨੇ ਆ, ਕੰਮ ਹੀ ਇਹੋ ਜਿਹਾ ਹੁੰਦਾ ਵੀ ਕੇਰ ਨਹੀਂ ਚੱਕਿਆ ਜਾਂਦਾ। ਅੱਛਾ, ਮੇਰਾ ਦੁਬਾਰਾ ਬੈਕ ਕਾਲ ਕਰਦਾ ਨੀਗਾ, ਇੱਕ ਮਿੰਟ। ਚੰਗਾ ਚੰਗਾ ਯਾਰ, ਬੀਜੀ ਚੰਗਾ ਚੰਗਾ ਯਾਰ, ਬੀਜੀ ਚਲੋ ਠੀਕ ਆ। ਲਿਆ ਪੁੱਤ, ਰੋਟੀ ਬਣ ਗਈ। ਹਾਂਜੀ ਹਾਂਜੀ ਬਾਪੂ ਜੀ, ਰੋਟੀ ਬਣੀ ਪਈ ਆ, ਤੁਸੀਂ ਬੈਠੋ, ਮੈਂ ਰੋਟੀ ਲੈ ਕੇ ਆਉਣੀ ਆ ਤੁਹਾਡੇ ਵਾਸਤੇ। ਉਹ ਪੁੱਤ, ਤੈਨੂੰ ਪਤਾ ਤਾਂ ਹੈਗਾ ਉਹ ਮੈਂ ਪਿਛਲੇ ਕਮਰੇ ਤੇ ਜਾ ਕੇ ਖਾ ਲੂ ਉੱਥੇ। ਓਹੋ ਬਾਪੂ ਜੀ, ਪਹਿਲਾਂ ਸੀ ਤੁਸੀਂ ਉਧਰ ਬਹਿ ਕੇ ਰੋਟੀ ਖਾ ਲੈਂਦੇ ਸੀਗੇ, ਹੁਣ ਕੀ ਜ਼ਰੂਰੀ ਹੈ, ਤੁਸੀਂ ਇੱਥੇ ਬੈਠੋ, ਗਰਮ ਗਰਮ ਰੋਟੀ ਖਾ ਲੋ। ਉਹ ਪੁੱਤ, ਤੂੰ ਮੇਰੀ ਗੱਲ ਨਹੀਂ ਸਮਝਦੀ, ਉੱਥੇ ਨਾ ਨਿੱਕੇ ਨਿੱਕੇ ਕਤੂਰੇ ਰੱਖੇ ਹੋਏ ਆ, ਨਾਲੇ ਚਾਰ ਬੁਰਕੀ ਉਹਨਾਂ ਨੂੰ ਪਾ ਦਾ ਮੈਂ, ਰੋਟੀਆਂ ਨਾਲੇ ਵੱਧ ਪਾ ਦੀ ਮੈਨੂੰ ਅੱਜ। ਬਾਪੂ ਜੀ, ਕਤੂਰਿਆਂ ਨੂੰ ਮੈਂ ਕਦੋਂ ਕਿਹਾ ਵੀ ਰੋਟੀ ਨਾ ਪਾਓ, ਤੁਸੀਂ ਇੱਥੇ ਬਹਿ ਕੇ ਰੋਟੀ ਖਾ ਲਓ ਤੇ ਉਹਨਾਂ ਦੇ ਉਧਰ ਲੈ ਜਿਓ। ਉਹ ਕੋਈ ਗੱਲ ਨਹੀਂ ਪੁੱਤ, ਸਾਡੇ ਬੁੜਿਆਂ ਦਾ ਕੀ ਹੈ, ਜਿੱਥੇ ਮਰਜ਼ੀ ਖਾ ਲਈਏ। ਹੈ ਲਿਆ ਪੁੱਤ, ਤੂੰ ਬੜਾ ਟਾਈਮ ਨਾ ਲਾ, ਹੁਣ ਉਹ ਡੀਕਦੇ ਹੋਣਗੇ ਮੈਨੂੰ। ਓਹੋ ਬਾਪੂ ਜੀ, ਤੁਸੀਂ ਵੀ ਨਾ ਘਰੇ ਬਹਿ ਕੇ ਰੋਟੀ ਖਾ ਲਓ, ਤੁਹਾਨੂੰ ਦੱਸ ਕੀ ਹੁੰਦਾ। ਕੋਈ ਨਹੀਂ ਪੁੱਤ, ਪਾ ਦੇ ਰੋਟੀ, ਪਹਿਲੀ ਲੇਟ ਹੋ ਗਿਆ ਅੱਜ। ਤੇ ਨਾਲੇ ਬਾਪੂ ਜੀ, ਸਵੇਰੇ ਮੈਂ ਚਾਹ ਬਣਾ ਕੇ ਰੱਖੀ ਸੀਗੀ ਤੇ ਮਗਰ ਤੁਸੀਂ ਕਹਿੰਦੇ ਵੱਧ ਭੇਜ ਦੋ ਚਾਹ, ਉਧਰ ਕੋਈ ਯਾਰ ਦੋਸਤ ਆ ਗਿਆ ਤੁਹਾਡਾ। ਉਹ ਮੈਂ ਪੁੱਤ ਥੋੜੀ ਜਿਹੀ ਵੱਧ ਪੀਣਾ, ਤੂੰ ਥਰਮੋਸ ਭਰ ਕੇ ਭੇਜ ਦਿਆ ਕਰ। ਥਰਮੋਸ ਚਾਹ ਦੀ ਬਾਪੂ ਜੀ, ਚਲੋ ਕੋਈ ਨਾ, ਮੈਂ ਤਾਂ ਥਰਮੋਸ ਭੇਜ ਦਿਆ ਕਰੂੰਗੀ ਭਰ ਕੇ। ਬਾਪੂ ਜੀ, ਫਿਰ ਇੱਧਰ ਡੱਬਾ ਹੀ ਫੜਾ ਦਾ। ਹਾਂ ਹਾਂ, ਡੱਬਾ ਫੜਾ ਦਾ, ਜਾ ਕੋਈ ਨਹੀਂ, ਮੈਂ ਚੱਕ ਲਿਆਉਂਗਾ ਆਉਂਦਾ ਹੋਇਆ। ਹਾਂਜੀ ਹਾਂਜੀ, ਆ ਲਓ, ਲਿਆਓ ਭਾਈ, ਡੱਬਾ ਲਿਆਇਆ ਬਾਪੂ ਜੀ। ਕੋਈ ਗੱਲ ਨਹੀਂ ਪੁੱਤ, ਮੈਂ ਲਿਆਉਂਗਾ ਆਉਂਦਾ ਹੋਇਆ, ਹੋਰ ਤੁਹਾਨੂੰ ਪਤਾ ਹੀ ਹੈ ਬੁੱਟ, ਜਿਹੜੇ ਕੰਮ ਹੁਣ ਗਏ ਹੋਏ ਆ। ਚੱਲ ਮਨਾ, ਆਪਾਂ ਕੀ ਲੈਣਾ, ਮੈਂ ਤਾਂ ਇਹ ਸੀ ਵੀ ਇੱਥੇ ਬੈਠ ਕੇ ਖਾ ਲੈਂਦੇ ਗਰਮ ਗਰਮ ਰੋਟੀ, ਘਿਓ ਗੰਦੂ ਗਰਮ ਕਰਕੇ ਪੈ ਜਾਂਦਾ। ਬਾਪੂ ਦੀ ਮਰਜ਼ੀ ਹੈ, ਜਿੱਥੇ ਬਹਿ ਕੇ ਖਾਣੀ ਆ ਖਾ ਲਵੇ। ਫੋਨ 'ਚ ਹੀ ਬੜੇ ਬੈਠੋ, ਮੇਰੀ ਵੀ ਗੱਲ ਸੁਣ ਲਓ, ਸਾਰੀ ਦਿਹਾੜੀ ਬਾਹਰ ਹੀ ਰਹੇ ਹੋ। ਹਾਂ ਉਹ ਯਾਰ ਕੰਮ ਕਰੀ ਜਾਂਦਾ ਸੀ, ਕੋਈ ਦੱਸ। ਕੰਮ ਕਰੀ ਜਾਂਦਾ ਸੀ, ਮੇਰੀ ਗੱਲ ਨਹੀਂ ਸੁਣਨੀ ਹੈਗੀ? ਸੁਣਨੀ ਆ, ਬੋਲੋ ਜਨਾਬ, ਚਲ ਆ ਦੇ ਦੇ ਮੈਨੂੰ। ਮੈਂ ਕਹਿੰਦੀ ਸੀਗੀ ਮੈਂ ਕਿ ਗੱਲ ਪੁੱਛਾਂ, ਗੁੱਸਾ ਤਾਂ ਨਹੀਂ ਕਰਦੇ ਤੁਸੀਂ? ਗੁੱਸਾ ਕਾਹਦਾ ਕਰਨਾ, ਗੱਲ ਪੁੱਛ, ਇੱਕ ਦਿਨ ਦੋ ਪੁੱਛ। ਬਾਪੂ ਇੱਧਰ ਬਹਿ ਕੇ ਰੋਟੀ ਕਾਹਤੋਂ ਨਹੀਂ ਖਾਂਦਾ? ਦੇਖੀ ਕਹੂਗਾ ਉਧਰ ਹੀ ਲੈ ਕੇ ਜਾਣੀ ਹੈ ਮੈਂ ਪਸ਼ੂਆਂ। ਯਾਰ ਮੈਂ ਤੈਨੂੰ ਇੱਕ ਗੱਲ ਪੁੱਛਾਂ, ਮੈਂ ਤੈਨੂੰ ਇੱਕ ਗੱਲ ਪੁੱਛਾਂ, ਹੈ ਤੈਨੂੰ ਹਰ ਗੱਲ 'ਚ ਸ਼ੱਕ ਹੀ ਕਿਉਂ ਨਜ਼ਰ ਆਉਂਦਾ? ਓਕੇ, ਮੈਂ ਸ਼ੱਕ ਨਹੀਂ ਕਰਦੀ, ਮੈਂ ਇਹ ਕਹਿੰਦੀ ਹੈਗੀ ਵੀ ਲੋਕ ਤਾਂ ਕਹਿੰਦੇ ਹੁੰਦੇ ਜਦੋਂ ਪੁੱਤ ਵਿਆਹ ਲਈਏ ਨੂੰਹ ਆਈ ਤਾਂ ਗਰਮ ਗਰਮ ਰੋਟੀ ਖਾਵਾਂਗੇ, ਬਾਪੂ ਨੂੰ ਉਹੀ ਠੰਡੀ ਖਾਣ ਦੀ ਆਦਤ ਪਈ। ਪਤਾ ਕੀ ਗੱਲ ਆ, ਉਹ ਜਿਹੜੇ ਬਿਸ਼ਰਮੀਏ ਬੁੜੇ ਹੁੰਦੇ ਆ ਉਹ ਨੂੰਹਾਂ ਕੋਲੇ ਬਹਿ ਕੇ ਰੋਟੀ ਖਾਈ ਜਾਂਦੇ ਆ, ਠੀਕ ਆ ਨਾ?
ਉਹਦੇ ਖਿਆਲਾਂ ਕੁਛ ਹੋਰ ਆ, ਉਹਨੂੰ ਇਹੀ ਚੰਗਾ ਹੁੰਦਾ ਵੀ ਭਾਈ ਪਾਸੇ ਹੋ ਕੇ ਰੋਟੀ ਖਾ ਗਏ, ਪਾਸੇ ਹੋ ਕੇ ਪਾਣੀ ਪੀ ਗਏ, ਠੀਕ ਹੈ ਜੋ ਵੀ ਆ ਮੈਂ ਪੈਣਾ ਬਹਿਣਾ, ਉਹਦਾ ਕੱਪੜੇ ਆਪਦੇ ਬਾਹਰ ਧੋ ਲੈਂਦਾ, ਤੈਨੂੰ ਪਤਾ ਤਾਂ ਹੈਗਾ, ਇੱਥੋਂ ਕਿਉਂ ਨਹੀਂ ਧਵਾਉਂਦਾ, ਉਹਨੂੰ ਐਂ ਵੀ ਪਤਾ ਨਹੀਂ ਪਾਪ ਲੱਗੂਗਾ ਵੀ ਮੈਂ ਮੂੰਹ ਤੋਂ ਕੱਪੜੇ ਧਵਾ ਲਏ, ਪਾਪ ਲੋ ਕਮਾਲ ਦੀ ਗੱਲ ਹੋ ਗਈ, ਮੈਂ ਤਾਂ ਪਹਿਲੀ ਵਾਰ ਸੁਣਿਆ ਵੀ ਇਹੋ ਜਿਹੀਆਂ ਗੱਲਾਂ, ਤੇ ਬਾਕੀ ਉਹ ਯਾਰ ਪੁਰਾਣੇ ਖਲਿਆ ਕਿਉਂ ਉਹਨਾਂ ਦਾ ਉਹ ਖਿਆਲਾਂ ਦਾ, ਹੁਣ ਤੈਨੂੰ ਕੀ ਕਹਾਂ ਮੈਂ, ਚੱਲ ਮੈਂ ਤਾਂ ਕੀ ਲਾਣਾ ਗਾ, ਜੇ ਮੈਨੂੰ ਕਿਸੇ ਨੇ ਕਿਹਾ ਤੂੰ ਭਾਈ ਤੈਨੂੰ ਤੇਰਾ ਹੱਕ ਨੀ ਹੈਗਾ ਗਾ ਤੇ ਸਹੁਰੇ ਨੂੰ ਗਰਮ ਰੋਟੀ ਗਰਮ ਚਾਹ ਦੇ, ਮੈਂ ਤਾਂ ਫਿਰ ਕਹਿ ਦਿਆ ਕਰੂੰ ਭਾਈ ਇਹਨੂੰ ਨਹੀਂ ਕਹਿੰਦਾ, ਕੋਈ ਵੀ ਨਹੀਂ ਤੈਨੂੰ ਕੁਛ ਕਹਿੰਦਾ, ਤੇ ਨਾ ਕੋਈ ਆਪਣੇ ਘਰੇ ਆਉਂਦਾ ਜਾਂਦਾ, ਦੇਖੀ ਸਾਰੀ ਦਿਹਾੜੀ ਮੈਂ ਤਾਂ ਬੋਰ ਹੋ ਜਾਂਦੀ ਹਾਂ, 2 ਮਹੀਨੇ ਹੋ ਗਏ ਵਿਆਹ ਹੋਏ ਨੂੰ, ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਆਪਣੇ ਘਰੇ ਕਾਹਤੋਂ ਨਹੀਂ ਆਉਂਦਾ ਕੋਈ, ਇਹ ਪਿੰਡ ਦਾ ਨਾ ਸਿਸਟਮ ਹੀ ਇਹੋ ਜਿਹਾ ਯਾਰ, ਕਿਉਂ ਸਿਸਟਮ ਏਦਾਂ ਦਾ, ਜਦੋਂ ਮੈਂ ਬਾਹਰ ਜੇ ਝਾੜੂ ਲਾਉਣੀ ਹੈਗੀ ਮੈਂ ਦੇਖਦੀ ਹਾਂ ਸਾਰੀਆਂ ਬੁੜੀਆਂ ਗੱਲਾਂ ਕਰਦੀਆਂ ਹੁੰਦੀਆਂ, ਪਰ ਮੈਨੂੰ ਕੋਈ ਨਹੀਂ ਬੁਲਾਉਂਦਾ। ਉਹ ਬਾਬਾ ਗੁਰੂ ਹੁਣ ਮੰਮੀ ਮਰੀ ਨੂੰ ਤਾਂ ਕਿੰਨਾ ਟਾਈਮ ਹੋ ਗਿਆ, 15 ਸਾਲ ਹੋ ਗਏ, ਇੱਥੇ ਫਿਰ ਹੁਣ ਬਾਪੂ ਕੋਲ ਬੰਦੇ ਆ ਜਾਂਦੇ ਆ ਬੰਦੇ ਜਾਂਦੇ ਆ, ਬਾਪੂ ਵਗ ਜਾਂਦਾ ਸੱਥ 'ਚ ਬਹਿੰਦਾ, ਹੁਣ ਬੁੜੀ ਨਹੀਂ ਸੀਗੀ ਕੋਈ ਆ ਕੌਣ ਆ ਵੀ ਆਪਣੇ ਘਰੇ, ਹੁਣ ਤੂੰ ਆ ਗਈ ਹੁਣ ਆਉਣ ਲੱਗ ਜਾਣਗੀਆਂ, ਹਲੇ ਅਗਲਾ ਕਹਿੰਦਾ ਨਵੀਂ ਨਵੀਂ ਹੈਗੀ ਆ ਕੀ ਜਾਣਦੇ ਆ ਉਹਨੂੰ ਆਪਾਂ, ਤੇ ਮੈਂ ਜੇ ਬੁਲਾਵਾਂ ਵੀ ਪਰੇ ਮੂੰਹ ਕਰ ਲੈਂਦੀਆਂ ਨੇਗੀਆਂ, ਪਤਾ ਨਹੀਂ ਕੀ ਗੱਲ ਵੀ ਜਦੋਂ ਬੰਦਾ ਬੁਲਾਉਂਦਾ ਹਨਾ ਮੈਂ ਸਮਾਈਲ ਕਰਦੀ ਹਾਂ ਮੂੰਹ ਹੀ ਪਰੇ ਘੁਮਾ ਲੈਂਦੀਆਂ, ਪਤਾ ਨਹੀਂ ਕੀ ਗੱਲ। ਚੱਲ ਕੋਈ ਨਾ ਐਵੇਂ ਬਾਲੀਆਂ ਗੱਲਾਂ ਦਾ ਧਿਆਨ ਨਾ ਦਿਆ ਕਰ, ਰੋਟੀ ਲੈ ਕੇ ਆ ਜਾ ਭਾਜੀ, ਰੋਟੀ ਤਾਂ ਮੈਂ ਲਿਆਉਣੀ ਹੈਗੀ, ਮੈਂ ਰੋਟੀ ਨਹੀਂ ਖਾਦੀ ਤੜਕੇ ਦੀ, ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਸੀਗਾ ਜਦੋਂ ਮੈਂ ਰੋਟੀ ਪਾਈ ਬੈਠੀ ਸੀ ਉਦੋਂ ਕਹਿੰਦੇ ਮੈਂ ਖਾਣੀ ਨਹੀਂ ਹੈਗੀ ਗੀ, ਮਗਰੋਂ ਕਹਿ ਦੋਗੇ ਮੈਨੂੰ ਨੀਂਦ ਆਉਂਦੀ ਹੈਗੀ, ਬਸ ਚਲੋ ਜੀ ਭਾਲੀਆਂ ਜਾਣਾ ਸਾਰਾ ਕੁਛ ਬੁੜੀਆਂ ਨੂੰ ਹੀ ਦੇ ਜਾਂਦੇ ਆ ਹਨਾ, ਬੰਦਿਆਂ ਨੂੰ ਤਾਂ ਫੋਨ ਦੇ ਕਵਰ ਜੇ ਹੋਰ ਹੀ ਦੇ ਜਾਂਦੇ ਆ, ਫਿਰ ਤੁਸੀਂ ਕਹਿਣਾ ਮੈਨੂੰ ਫੋਨ ਲਿਆ ਕੇ ਦੇ ਤਾ, ਕਹਿੰਦੇ ਫੋਨ ਲਿਆ ਕੇ ਦੋ, ਫੋਨ ਲਿਆ ਕੇ ਦੋ, ਫੋਨ ਵੀ ਲਿਆ ਕੇ ਦਊਗਾ ਜਾਂ ਤੂੰ ਐਂ ਕਰ ਰੋਟੀ ਲਿਆ ਭੱਜ ਕੇ ਭੁੱਖ ਲੱਗੀ ਪਈ ਆ, ਕਦੇ ਤਾਂ ਫੋਨ ਲੈ ਕੇ ਆਉਣਾ ਹੈ, ਮਿੱਠੀਆਂ ਗੋਲੀਆਂ ਦੇ ਦਿਆ ਕਰੋ, ਉਹ ਡਾਕਟਰਾਂ ਨੂੰ ਕੋਰੋਨਾ ਦੇ ਦਿਆ ਕਰੂੰ, ਉਹ ਖਾ ਲਿਆ ਕਰ, ਬਸ ਕਰੋ ਪਤਾ ਨਹੀਂ ਕਿੱਧਰ ਲੰਘ ਕੇ ਰੋਟੀ ਖਾ ਲੈਂਦੇ, ਫਿਰ ਕਹਿਣਗੇ ਮੈਂ ਠੰਡੀ ਰੋਟੀ ਆ ਬੈਠੀ ਹੈਗੀ, ਹੋਰ ਕੰਮੋ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਠੀਕ ਹੈ, ਹਾਂਜੀ ਠੀਕ ਹੈ, ਅੱਜ ਕਿਵੇਂ ਜੀ ਕਰਿਆ ਸਾਡੇ ਘਰੇ ਆਉਣ ਨੂੰ, ਤੁਸੀਂ ਆਉਂਦੇ ਨਹੀਂ ਹੁੰਦੇ, ਹਾਂ ਜੇ ਸੋਡਾ ਨਹੀਂ ਜੀ ਕਰਦਾ ਮੇਰਾ ਤਾਂ ਜੀ ਕਰਦਾ ਹੀ ਹੈ, ਦੱਸ ਮੈਂ ਤੇ ਤੁਹਾਨੂੰ ਪਤਾ ਕਹਿੰਦੇ ਅਗਰ ਨਵੀਂ ਵਿਆਹੀ ਹੁਣ ਕਿਹਦੇ ਘਰੇ ਜਾਂਦੀ ਹੈਗੀ, ਤੇ ਹੋਰ ਵਧੀਆ ਠੀਕ ਠਾਕ ਕੰਮ ਕਰ, ਠੀਕ ਹੈ ਤੁਸੀਂ ਦੱਸੋ ਚਾਹ ਪਾਣੀ ਬਣਾਵਾ, ਪਹਿਲਾਂ ਚਾਹ ਬਣਾ ਲੈਣੇ ਆ, ਨਹੀਂ ਨਹੀਂ ਤੇਰੀ ਚਾਹ ਹੈ ਉਧਰ ਵੀ ਤੇਰੀ ਚਾਹ ਹੈ, ਕੋਈ ਫਰਕ ਹੈਗਾ ਆਪਣੇ ਚ, ਐਂ ਦੱਸ, ਫਰਕ ਤਾਂ ਨਹੀਂ ਹੈਗਾ ਫਿਰ ਵੀ ਥੋੜੀ ਥੋੜੀ ਪੀ ਲੈਣੇ ਆ, ਤੁਹਾਡੇ ਬਹਾਨੇ ਨਾਲ ਮੈਂ ਪੀ ਲੂੰਗੀ, ਤੇਰੇ ਪੇਕਿਆਂ ਦੀ ਖੈਰ ਸੁੱਖ ਦੇ ਠੀਕ ਠਾਕ, ਠੀਕ ਹੈ ਵਧੀਆ ਆ ਜਾਂਦੇ ਆ, ਬਸ ਹਜੇ ਤਾਂ ਨਹੀਂ ਲੱਗੇਗੇ ਤੁਹਾਨੂੰ ਪਤਾ ਹੀ ਆ ਵੀ ਲਵ ਮੈਰਿਜ ਕਰਾ ਲਈ ਸੀ, ਥੋੜਾ ਜਿਹਾ ਗੁੱਸਾ ਤਾਂ ਹੁੰਦਾ ਹੀ ਹੈਗਾ, ਚੱਲ ਕੋਈ ਨਹੀਂ ਐਂ ਤਾਂ ਫਿਰ ਚੱਲਦਾ ਹੈ, ਜੀ ਤਾਂ ਲੱਗ ਗਿਆ ਤੇਰਾ, ਹਾਂਜੀ ਹਾਂਜੀ ਜੀ ਲੱਗ ਗਿਆ, ਵਧੀਆ ਪਰਿਵਾਰ ਹੈ ਨਾ ਸਾਰੀ ਵਧੀਆ ਨੇ ਤੈਨੂੰ ਪਤਾ ਹੀ ਹੈਗਾ, ਹਾਂਜੀ ਹਾਂ ਤੇ ਕੋਈ ਰੋਕ ਟੋਕ ਤਾਂ ਹੈ ਨਹੀਂ ਇੱਥੇ, ਹਾਂਜੀ ਹਾਂਜੀ ਕੱਲੇ ਹੀ ਆ ਬਾਕੀ ਸਿਰੇ ਵੀ ਜੇ ਆਪ ਚੰਗੇ ਸਾਰੇ ਚੰਗੇ ਹਨਾ, ਚੰਗੇ ਆ ਇਹ ਤਾਂ ਹੈ, ਹੋਰ ਤੁਸੀਂ ਦੱਸੋ, ਹਾਂ ਨਵੇਂ ਲਿਆ ਕੰਮ ਕਰ ਹੈ, ਬਸ ਜੀ ਹਾਂ ਹੁਣ ਝੜ ਪੋਚਾ ਜਿਹਾ ਕਰਕੇ ਹਟੀ ਸੀਗੀ, ਅੱਛਾ ਤੇ ਮੈਂ ਕਿਹਾ ਚੱਲ ਕੱਪੜੇ ਤੈਅ ਕਰ ਲਾਂ, ਹਾਂ ਤੇ ਨੇਰੀ ਮੀਂਹ ਨੇ ਵੀ ਵਧਾਤਾ ਹੋਣਾ ਕੰਮ, ਪੁੱਛੋ ਨਾ ਐਡੀ ਐਡੀ ਮਿੱਟੀ ਚੜ ਗਈ, ਨਾ ਤਾਂ ਪਾਣੀ ਤੋਂ ਬਿਨਾ ਇਹ ਤੁਰਦੀ ਹੈਗੀ ਗਿੱਲੀ ਜੀ, ਹੋਰ ਝਾੜੂ ਨਾਲ ਤਾਂ ਨਿਕਲਦੀ ਨਹੀਂ ਹੈਗੀ, ਸਹੀ ਗੱਲ ਹੈ ਜੀ, ਹੋਰ ਤੁਸੀਂ ਦੱਸੋ, ਬਾਪੂ ਜੀ ਬਸ ਉਧਰ ਹੀ ਪਸ਼ੂਆਂ ਵਾਲੇ ਚ, ਅੱਛਾ ਉਧਰ ਨਾਲ
ਆਪਣੀ ਮੱਝ ਤਾਂ ਨੀ ਕੋਈ ਵਿਕਾਊ ਮੱਝ ਜੀ ਮੈਨੂੰ ਤਾਂ ਪਤਾ ਨੀ ਹੈਗਾ ਕਦੋਂ ਲਿਆਉਂਦੇ ਆ ਕਦੋਂ ਵੇਚਦੇ ਬਾਪੂ ਜੀ ਨੂੰ ਪਤਾ ਹੋਣਾ ਪੱਕੀ ਆ ਤੂੰ ਨਵੀਂ ਨਵੀਂ ਆਈ ਆ ਇਹਨਾਂ ਗੱਲਾਂ ਦਾ ਤੈਨੂੰ ਕੀ ਪਤਾ ਹੋਊਗਾ ਮੈਂ ਕਮਲੀ ਤੈਨੂੰ ਪੁੱਛੀ ਜਾਂਦੀ ਆ ਹਾਂਜੀ ਮੈਂ ਉਧਰ ਜਾਂਦੀ ਵੀ ਨੀ ਨਾ ਮੈਨੂੰ ਨੀ ਪਤਾ ਮੱਝ ਕੋਈ ਸੂਣ ਵਾਲੀ ਹੈਗੀ ਵੀ ਆ ਕੋਈ ਬਗਾਊ ਆ ਕਿ ਨਹੀਂ ਮੈਨੂੰ ਪਤਾ ਹੀ ਨੀ ਮੱਝਾਂ ਕਿੰਨੀਆਂ ਨੇ ਚਲ ਉਹ ਤਾਂ ਤੇਰੇ ਬਾਪੂ ਤੇ ਪਤਾ ਕਰ ਲੂਗੀ ਮੈਂ ਹੋਰ ਮੈਂ ਕਹਣਾ ਸਾਡੇ ਨਾ ਵੀ ਇੱਕ ਮੱਝ ਹਟੀ ਹੋਈ ਆ ਐ ਸੀਗਾ ਵੀ ਇੱਕੋ ਹੀ ਸੀਗੀ ਵੀ ਚਲ ਇੱਕ ਹੋਰ ਲੈ ਲਈਏ ਵੀ ਦੋ ਹੋ ਜਾਣਗੀਆਂ ਚਲੇ ਤਾਂ ਹੁਣ ਹਟ ਗਈ ਹੋਰ ਦਿਨੇ ਫਿਰ ਕੀ ਕਰ ਲੈਣੀ ਆ ਕੰਮ ਕਰ ਬਸ ਜੀ ਕੰਮ ਕਰ ਕਰਕੇ ਰੈਸਟ ਕਰ ਲਈ ਦੀ ਆ ਸਨੀ ਤੁਹਾਨੂੰ ਪਤਾ ਸ਼ਾਮ ਨੂੰ ਹੀ ਘਰੇ ਵੜਦੇ ਨੇ ਤਾਂ ਬਾਹਰ ਹੀ ਰਹਿੰਦੇ ਆ ਜ਼ਿਆਦਾ ਹਾਂ ਚਲ ਫਿਰ ਕੰਮਾਂ ਕਾਰਾਂ ਤੇ ਤਾਂ ਜਾਣਗੀਆਂ ਜੋ ਆਪਾਂ ਨੇ ਇਹਦੇ ਬਿਨਾਂ ਆਪਣਾ ਕੀ ਬਣਦਾ ਹੈਗਾ ਹਾਂਜੀ ਇਹ ਤਾਂ ਗੱਲ ਹੈ ਹਾਂ ਤੇ ਤੂੰ ਕਿੰਨਾ ਪੜ੍ਹੀ ਹੈ ਮੈਂ ਬੀਏ ਕੀਤੀ ਅੱਛਾ ਫਿਰ ਤਾਂ ਤੂੰ ਵੀ ਕੋਈ ਜੌਬ ਜੂਬ ਜੀ ਕਰ ਲੇਗੀ ਨਹੀਂ ਜੀ ਸਨੀ ਕਹਿੰਦੇ ਬਸ ਘਰੀ ਬਸ ਘਰ ਦਾ ਕੰਮ ਸੰਭਾਲ ਲਈ ਬਹੁਤ ਨਹੀਂ ਚੱਲ ਚੰਗਾ ਭਾਈ ਚੱਲ ਤੇ ਸੱਚ ਮੈਂ ਕੁੜੇ ਮੇਰੇ ਯਾਦ ਆ ਗਿਆ ਉਹ ਆਪਣੀ ਕੁੜੀ ਦਾ ਤੇ ਨਨਾਣ ਦਾ ਫੋਨ ਆ ਜਾਂਦਾ ਨਨਾਣ ਦਾ ਹਾਂ ਕਿਹੜੀ ਨਨਾਣ ਜੀ ਮੇਰੇ ਤਾਂ ਕੋਈ ਨਨਾਣ ਹੀ ਨਹੀਂ ਹੈਗੀ ਤੁਸੀਂ ਲੱਗਦਾ ਨਾ ਭੁੱਲ ਗਏ ਭੁਲੇਖੇ ਚ ਕਿਸੇ ਨੂੰ ਹੋਰ ਵੀ ਪੁੱਛੀ ਜਾਂਦੇ ਹੋ ਕਮਲੀਏ ਤੂੰ ਤਾਂ ਕੱਲ ਆਈ ਆ ਅਸੀਂ ਇੱਥੇ ਕਿੱਦਾਂ ਦੇ ਵਸਦੇ ਆਂਗੇ ਇਕੱਠੇ ਆਉਂਦੇ ਜਾਂਦੇ ਆਂਗੇ ਸੁਖਣਾ ਘਰ ਬਣਿਆ ਹੋਇਆਗਾ ਓਹੋ ਜੀ ਤੁਹਾਨੂੰ ਕੋਈ ਭੁਲੇਖਾ ਮੈਨੂੰ ਮੇਰੇ ਨਨਾਣ ਹੋਵੇ ਮੈਨੂੰ ਨਾ ਪਤਾ ਹੋਵੇ ਚੱਲ ਤੈਨੂੰ ਤਾਂ ਨਹੀਂ ਪਤਾ ਹੈਗਾ ਵੀ ਵੀਰੋ ਤਾਂ ਕੈਨੇਡਾ ਗਈ ਹੋਈ ਆ ਮੈਂ ਤਾਂ ਪੁੱਛਦੀ ਆ ਵੀ ਫੋਨ ਫਾਨ ਆ ਜਾਂਦਾ ਕਿ ਨਾ ਕੈਨੇਡਾ ਗਈ ਵੀ ਹੈ ਹੋਰ ਮੇਰੀ ਨਨਾਣ ਹਾਂ ਕਰ ਲਿਆ ਕਰ ਫੋਨ ਫਾਨ ਬਥੇਰੀਆਂ ਚੀਜ਼ਾਂ ਲਿਆ ਕੇ ਦੇ ਦੂ ਬਾਹਰੋਂ ਚੀਜ਼ਾਂ ਲਿਆ ਕੇ ਦੇ ਦੂ ਤੇ ਉਹ ਤਾਂ ਹੁਣ ਕਿੱਦਣ ਦੀ ਤਾਂ ਤੋਰੀ ਹੋਈ ਹੈਗੀ ਪੜਾ ਲਿਖਾ ਕੇ ਜੇ ਇਹਨਾਂ ਨੇ ਤੋਰਤੀ ਸੀਗੀ ਤੇ ਕਿਹੜਾ ਫਿਰ ਸੱਦਿਆ ਕਿਸੇ ਨੂੰ ਉਹ ਸਾਨੂੰ ਪਤਾ ਹੈ ਵੀ ਬਾਹਰ ਹੈਗੀ ਅੱਛਾ ਵੀ ਮੇਰੀ ਨਨਾਣ ਕੈਨੇਡਾ ਚੱਲ ਗਈ ਹਾਂ ਕੈਨੇਡਾ ਚੱਲ ਗਈ ਸੀ ਮੈਨੂੰ ਤਾਂ ਜੀ ਕਦੇ ਵੀ ਨਹੀਂ ਇਸ ਬਾਰੇ ਦੱਸਿਆ ਸਨੀ ਕਹਿੰਦਾ ਹੁੰਦਾ ਮੈਂ ਇਕੱਲਾ ਹੀ ਆਗਾ ਅੱਛਾ ਇੰਨੀ ਹੈਰਾਨੀ ਜੀ ਗੱਲ ਹੋ ਗਈ ਕੋਈ ਨਾ ਕਈ ਵਾਰ ਦਿਮਾਗ 'ਚ ਉਹ ਹੋ ਜਾਂਦੀ ਹੈ ਜਾਂ ਕੋਈ ਨਾ ਪੁੱਛ ਲਈ ਹੌਲ ਹੰਗਾਰੇ ਨਾਲ ਠੀਕ ਹੈ ਜੀ ਹਾਂ ਤੇ ਮੈਂ ਚਾਹ ਤਾਂ ਬਣਾ ਲੈਣੀ ਹੈ ਬਟ ਫਿਰ ਮੇਰੀ ਗੱਲ ਸੁਣ ਮੈਂ ਫੇਰ ਆਉਂ ਤੇਰੇ ਬਾਪੂ ਕੋਲੇ ਕਿ ਮੈਂ ਦੇਖ ਕੇ ਜਾਵਾਂ ਉਧਰ ਬੈਠਾ ਕਰਾਂ ਜੇ ਪੁੱਛਣਾ ਤਾਂ ਪੁੱਛ ਲਓ ਤੁਸੀਂ ਬਗ ਜੋ ਨਹੀਂ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਗੱਲਾਂ ਕਰਦੇ ਹੈ ਜਾ ਹੀ ਆ ਫਿਰ ਬਾਪੂ ਬਾਤ ਕਰੀ ਹੈ ਹਾਂ ਹਾਂ ਮੈਂ ਜਾ ਹੀ ਆਉਣੀ ਆ ਹਾਂ ਫੇਰ ਦੀ ਗੱਲ ਫੇਰ ਹੀ ਰਹਿ ਜਾਂਦੀ ਹੈ ਹਾਂਜੀ ਹਾਂ ਚਲ ਚੰਗਾ ਫੇਰ ਮਿਲਦੇ ਆਪਾਂ ਠੀਕ ਹੈ ਨਾਲੇ ਤੇਰੇ ਹੱਥ ਦੀ ਚਾਹ ਪੀ ਕੇ ਜਾਉਂ ਠੀਕ ਹੈ ਜੀ ਹਾਂ ਨਨਾਣ ਉਹ ਵੀ ਕੈਨੇਡਾ ਮੇਰੀ ਕੋਲ ਦੱਸਣ ਹੀ ਨਹੀਂ ਅੱਜ ਤੱਕ ਗੱਲ ਹੀ ਨਹੀਂ ਕੀਤੀ ਹੈਗੀ ਕੋਈ ਚਲ ਪੁੱਛ ਲਓ ਸ਼ਾਮ ਹੁਣ ਦੱਸ ਤੂੰ ਕੁੱਤੇ ਆ ਮੈਂ ਸਾਡੇ ਕੀ ਤਬੀਤ ਪਾਏ ਹੋਏ ਨੇ ਦੱਸ
ਓਹੋ ਜੇ ਖਾ ਗਏ ਫਿਰ ਸਾਡੇ ਨਾਲ ਕਤਲ ਪਊਗਾ। ਪੈਟਬੋਲ ਰੱਖੇ ਮੈਂ ਇੱਧਰ, ਸਾਡੇ ਨਾਲੇ ਬਾਪੂ ਹਾਣੀ ਮਾਂ ਮਾਸਾ ਜਿੰਦਾ ਲੈ ਕੇ ਆਇਆ, ਇੱਧਰ ਨਾ ਆਇਆ ਕਰੋ। ਚੰਗਾ ਚੱਲ, ਤੈਨੂੰ ਪਤਾ ਹੋਵੇ ਕੋਈ ਮੱਝ ਮੁੱਝ ਪਕਿਆਊ ਆ, ਤੂੰ ਦੱਸ ਦੇ। ਮੈਂ ਕਿਹੜਾ ਚਾਚੀ ਵਪਾਰੀ ਆ, ਤੈਨੂੰ ਕਹਿ ਤਾਂ ਦਿੱਤਾ ਬਾਪੂ ਨਾਲ ਗੱਲ ਕਰ ਲਈ। ਕਦੋਂ ਮਿਲੂਗਾ ਤੇਰਾ ਬਾਪੂ? ਬਾਪੂ ਦਾ ਨੀ ਪਤਾ, ਬਾਪੂ ਇੱਧਰ ਹੀ ਆ। ਤੂੰ ਤਾਂ ਵਿਆਹ ਕਰਾ ਕੇ ਹੋਰ ਹੀ ਰੰਗ ਢੰਗ ਜੇ ਹੋ ਗਏ ਤੇਰੇ, ਪਹਿਲਾਂ ਵਾਲਾ ਤਾਂ ਤੂੰ ਸਣੀ ਰਿਹਾ ਹੈਗਾ। ਮੇਰੇ ਤਾਂ ਚਾਚੀ ਉਹੀ ਰੰਗ ਢੰਗ ਆ। ਉੱਧਰ ਹੈਗੀ ਆ ਕੰਮੋ, ਚਾਹ ਪਾਣੀ ਪੀ ਲਾ। ਮੈਂ ਉਹਨੂੰ ਤਾਂ ਮੈਂ ਮਿਲੇ ਆਈ, ਫੇਰ ਹੀ ਇੱਧਰ ਆਈ ਹੈਗੀ। ਚੱਲ ਕੋਈ ਨਾ, ਮੈਂ ਸੁਨੇਹਾ ਲਾ ਦੂੰਗਾ ਬਾਪੂ ਨੂੰ। ਚੱਲ ਔਖਾ ਜਿਹਾ ਬਾਹਲਾ ਹੀ ਹੋਈ ਜਾਂਦਾ, ਕੋਈ ਨਾ ਕਦੇ ਚਾਚੀ ਤੱਕ ਕੰਮ ਪਊਗਾ ਤੈਨੂੰ। ਚੱਲ ਕੋਈ ਨਾ ਕੋਈ ਨਾ। ਆਹੋ ਮੈਨੂੰ ਕੰਮੋ ਦੀਆਂ ਬੂਟਾਂ ਜਿਹੀਆਂ ਖਰਾਰਨੀਆਂ ਪੈਣਗੀਆਂ। ਚੱਕ ਕੇ ਮੂੰਹ ਵੀ ਜੇ ਤੈਨੂੰ ਰੋਕਿਆ ਵਾ, ਇਹਨਾਂ ਨੂੰ ਕਿਹੜਾ ਬਾਹਲੀ ਪਰਮਿਸ਼ਨ ਦਿੱਤੀ ਵੀ ਵੀ ਉੱਧਰ ਆ ਜਾਓ, ਕਰਦਾ ਗੱਲ ਇਹਦੇ ਨਾਲ। ਚੱਕ ਕੇ ਮੂੰਹ ਉੱਧਰ ਤੋਰਤੀ ਤੂੰ। ਕੀ ਗੱਲ ਹੋ ਗਈ ਮਾਸੀ ਜੀ ਮੁੜੇ ਆਏ? ਕੀ ਗੱਲ ਦੱਸਾਂ, ਕਿਵੇਂ ਬਾਗਰੂ ਬਾਗਰੂ ਕਰਦੇ ਹੁੰਦੇ ਹੋ? ਕਰਨਾ ਹੀ ਹੈਗਾ। ਮੈਨੂੰ ਐ ਦੱਸ, ਤੂੰ ਇਹੋ ਜੀ ਕਿਹੋ ਜੀ ਦਾਲ ਪਾਣੀ ਖਵਾਉਣ ਲੱਗ ਗਈ? ਮੁੰਡਾ ਤਾਂ ਉਹੀ ਬਦਲ ਗਿਆ ਸਾਡਾ। ਮੈਂ ਦਾਲ ਪਾਣੀ ਖਵਾਉਣ ਲੱਗ ਗਈ, ਮੁੰਡਾ ਬਦਲ ਗਿਆ? ਉਹ ਤਾਂ ਜੀ ਕੰਮ ਤੇ ਗਏ ਨੇਗੇ। ਮੈਂ ਸਨੀ ਨੂੰ ਮਿਲ ਕੇ ਆਈ ਆ, ਨਾਲੇ ਤੇਰਾ ਬਾਪੂ ਨਹੀਂ ਹੈਗਾ ਉਧਰ, ਸਮਝ ਗਈ ਨਾ? ਬਾਹਰਲੇ ਘਰੇ? ਆਹੋ। ਤੇ ਮੈਨੂੰ ਤਾਂ ਲੱਗਦਾ ਤੂੰ ਨਿਰੀਆਂ ਹਰੀਆਂ ਮਿਰਚਾਂ ਦੀ ਚਾਸ਼ਣੀ ਕੁੱਟ ਕੇ ਦੇ ਦੇਣੀ ਆ ਬਸ। ਉਵੇਂ ਬੋਲ ਬੁੜ 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 ਬੁੜ, ਮੈਨੂੰ ਤਾਂ ਗਾਹੀ ਨਹੀਂ ਹੋਣ ਦਿੱਤਾ ਹੈਗਾ, ਮੱਝ ਕੀ ਦੇਖਣੀ ਆ? ਕਹਿੰਦਾ ਇੱਧਰ ਪਿੱਟਬਾਲ ਕੁੱਤੇ ਰੱਖੇ ਹੈਗੇ, ਖਾ ਲੂ ਤੈਨੂੰ। ਲੈ ਦੱਸ, ਅੱਗੇ ਨਾ ਦੂਰੋਂ ਮੱਥਾ ਟੇਕਦਾ, ਬਾਹਲੀ ਇੱਜ਼ਤ ਕਰਦਾ, ਹੁਣ ਤਾਂ ਮੂੰਹ ਹੀ ਪਰਾਂ ਜਿਹਾ ਕਰ ਗਿਆ। ਮੈਂ ਤਾਂ ਹੈਰਾਨ ਆ ਵੀ ਇਹ ਇੰਨਾ ਬਦਲ ਗਿਆ ਵਿਆਹ ਕਰਾ ਕੇ। ਓਹੋ ਜੀ, ਤੁਹਾਨੂੰ ਵੈਸੇ ਹੀ ਵਹਿਮ ਹੋ ਗਿਆ ਹੋਣਾ, ਜਾਂ ਕੋਈ ਟੈਨਸ਼ਨ ਹੋਣੀ ਆ। ਉਹਦਾ ਬਾਪੂ ਨੇ ਮੋੜ ਲਿਆ ਹੋਣਾ ਵੀ ਕੰਮ ਤੇ ਨਾ ਜਾ, ਬਾਪੂ ਜੀ ਕਿਸੇ ਕੰਮ ਗਏ ਹੋਣਗੇ ਤਾਂ ਕਰਕੇ ਉਧਰ ਹੋ, ਕੋਈ ਟੈਨਸ਼ਨ ਚ ਹੋਣਗੇ। ਚਲੋ ਕੋਈ ਨਾ, ਮੈਂ ਬਾਪੂ ਨੂੰ ਘਰੇ ਭੇਜ ਦੂ ਤੁਹਾਡੇ। ਗੱਲ ਸੁਣ, ਹੁਣ ਮੈਂ ਤੈਨੂੰ ਲਾਂਭਾ ਦਿੰਨੀ ਆ, ਜੇ ਪੁੱਛਣ ਲੱਗਿਆ ਨਾ ਕਿ ਚਾਚੀ ਮੈਨੂੰ ਲਾਂਭਾ ਦੇ ਕੇ ਗਈ ਆ। ਠੀਕ ਹੈ ਜੀ, ਕਹਿ ਦੀ ਹੁਣ ਉਹਨੂੰ। ਕੋਈ ਗੱਲ ਨਹੀਂ। ਹਾਂ, ਮੈਨੂੰ ਤਾਂ ਗੁੱਸਾ ਜਾ ਆਇਆ ਵੀ ਐਂ ਬੋਲਦੇ, ਇਹ ਤਾਂ ਇੰਨਾ ਮਿੱਠਾ ਬੋਲਦਾ ਹੁੰਦਾ। ਚਲੋ ਕੋਈ ਨਾ ਜੀ, ਕੋਈ ਨਾ, ਟੈਨਸ਼ਨ ਨਾ ਲਓ ਤੁਸੀਂ। ਤਾਂ ਮੈਨੂੰ ਤਾਂ ਲਾਂਭਾ ਦੇ ਗਈ ਚਾਚੀ, ਤੂੰ ਚਾਚੀ ਨੂੰ ਕੀ ਬੋਲਿਆ ਪੁੱਛ ਲਈ। ਚੰਗਾ, ਪੁੱਛ ਲਉਂਗੀ ਜੀ, ਪੁੱਛ ਲਓ। ਚੰਗਾ, ਠੀਕ ਹੈ ਜੀ। ਹੱਥ ਹੋ ਗਈ ਇਹਨਾਂ ਦੀ ਵੀ। ਕੰਮੋ, ਤੈਨੂੰ ਅਕਲ ਮੌਤ ਹੈ ਨਹੀਂ ਮਾੜੀ ਮੋਟੀ? ਕੀ ਗੱਲ ਹੋ ਗਈ? ਗੱਲ ਤਾਂ ਤੁਹਾਨੂੰ ਦੱਸ ਦੂੰ ਮੈਂ, ਜੇ ਤੈਨੂੰ ਕਿਹਾ ਸੀ ਵੀ ਤੂੰ ਉੱਧਰ ਨਹੀਂ ਜਾਣਾ ਤੇ ਉਹਨੂੰ ਤੋੜਤਾ ਸੀਗਾ, ਚਾਚੀ ਆਈ ਸੀ ਉੱਧਰ। ਮੈਨੂੰ ਮਨਾ ਕੀਤਾ ਕਿਸੇ ਹੋਰ ਨੂੰ ਤਾਂ ਨਹੀਂ, ਨਾਲੇ ਚਾਚੀ ਦਾ ਮੱਝ ਦੇਖਣ ਆਈ ਸੀਗੀ। ਤੈਨੂੰ ਇਹ ਜੀ ਬਣਾਉ ਵਪਾਰੀ ਮੈਂ, ਸਮਝ ਲਿਆ ਕਰ। ਇਹ ਚ ਵਪਾਰੀ ਵਾਲੀ ਕਿਹੜੀ ਗੱਲ ਹੈ? ਮੈਂ ਤਾਂ ਕਹਿਤਾ ਵੀ ਮੈਨੂੰ ਤਾਂ ਪਤਾ ਹੀ ਨਹੀਂ, ਤੇ ਨਾਲੇ ਤੁਸੀਂ ਚਾਚੀ ਜੀ ਨੂੰ ਕੀ ਬੋਲੇ? ਪਹਿਲੀ ਵਾਰ ਕੋਈ ਆਪਣੇ ਘਰੇ ਆਇਆ ਤੇ ਤੁਸੀਂ, ਪਹਿਲਾਂ ਚਾਚੀ ਕਹਿੰਦੀ ਪੈਰੀ ਹੱਥ ਲਾਉਂਦਾ ਹੁੰਦਾ ਸੀ, ਕਹਿੰਦੀ ਅੱਜ ਵੱਢ ਖਾਣ ਵਾਲੇ ਵਾਂਗੂ ਪਿਆ, ਵੱਡੇ ਨੂੰ ਆਏ ਨੀ ਬੋਲਦੇ ਹੁੰਦੇ। ਨੂੰ ਤਾਂ ਇਹ ਨਹੀਂ ਬੋਲਦਾ, ਠੀਕ ਆ? ਤੂੰ ਚੱਕ ਕੇ ਮੂੰਹ ਉਧਰ ਤੋੜਤੀ ਉਹ। ਕੀ ਹੋ ਗਿਆ ਇੰਨੀ ਗੁੱਸਾ ਕਰਨ ਵਾਲੀ ਕਿਹੜੀ ਗੱਲ ਆ? ਗੁੱਸਾ ਕਰਨ ਵਾਲੀ ਕੋਈ ਗੱਲ ਆ? ਸਾਡੇ ਘਰੇ ਉਧਰ ਕੋਈ ਵੀ ਨਾ ਜਾਵੇ ਬਸ। ਸਾਡੇ ਘਰੇ? ਮੇਰਾ ਘਰ ਨਹੀਂ ਹੈਗਾਗਾ ਸਾਡੇ ਘਰੇ ਨਾ ਜਾਵੇ ਕੋਈ, ਸਮਝ ਨਹੀਂ ਆਉਂਦੀ ਹੈਗੀ ਗੀ। ਇਹ ਇੰਨੀ ਬਦਤਮੀਜ਼ੀ ਨਾਲ ਮੇਰੇ ਨਾਲ ਗੱਲ ਕਿਉਂ ਕਰਦੇ ਨੇ? ਦੇਖਣਾ ਹੀ ਪੂਜਾ ਕਿ ਉਧਰ ਹੈ ਕੀ ਆ। ਬਾਪੂ ਜੀ, ਬਾਪੂ ਜੀ ਕਿੱਧਰ ਨੇ? ਹੈ ਇੱਥੇ ਕੱਪੜੇ ਧੋਣ ਵਾਲੀ ਮਸ਼ੀਨ ਪਈ ਆ, ਨਹਾਉਣ ਵਾਲਾ ਸਾਬਣ, ਕੋਲਗੇਟ। ਬਾਪੂ ਜੀ ਤਾਂ ਉਧਰ ਨੂੰ। ਭਾਈ ਤੂੰ ਕੀ ਕਰਦੀ ਉਰੇ? ਬਾਪੂ ਜੀ, ਹੈ ਬਾਪੂ ਜੀ, ਮੈਂ ਨਾ ਤੁਹਾਡੇ ਵਾਸਤੇ ਚਾਹ ਲੈ ਕੇ ਆਈ ਸੀਗੀ। ਉਹ ਤੈਨੂੰ ਹਜ਼ਾਰਾਂ ਵਾਰੀ ਕਹਿਤਾ ਮੈਂ ਆਪ ਹੀ ਲੈ ਲੈਣਾ ਚਾਹ। ਬਾਪੂ ਜੀ ਅੱਜ ਨਾ
ਅੱਧਾ ਘੰਟਾ ਹੋ ਗਿਆ ਸੀ ਚਾਹ ਬਣੀ ਨੂੰ, ਤੁਸੀਂ ਆਏ ਨੀ, ਮੈਂ ਦੁਬਾਰਾ ਬਣਾ ਕੇ ਲੈ ਕੇ ਆਈ ਆ। ਫਿਰ ਕੀ ਖੱਟੀ ਹੁੰਦੀ ਸੀ ਚਾਹ, ਮੈਂ ਆਪੀ ਚੱਕ ਲਿਆ ਕਰੂੰ, ਇੱਧਰ ਆਉਣ ਦੀ ਲੋੜ ਨਹੀਂ ਹੁੰਦੀ। ਬਾਪੂ ਜੀ ਮੈਂ ਕਿਹਾ ਤੁਸੀਂ ਸ਼ਾਇਦ ਸੌਂ ਗਏ ਹੋ ਮੁੱਤਾਂ ਤਾਂ ਕਰਕੇ। ਮੈਂ ਨਾ ਇੱਥੇ ਗੱਲ ਘੋੜ ਦੂੰ, ਮੈਂ ਸਨੀ ਕਰਕੇ ਚੁੱਪ ਆ, ਚੱਲ ਵਗ ਜਾ ਇੱਥੋਂ। ਤਾਂ ਨਾ ਸਾਰੇ ਭਾਂਡਾ ਫੁੱਟ ਗਿਆ ਨਾ, ਜੇ ਥੋੜ੍ਹੀ ਅੱਗੇ ਹੋਰ ਆ ਜਾਂਦੀ ਤਾਂ ਸਾਰਾ ਭਿੱਤ ਦੇ। ਆ ਸਨੀ ਤੂੰ ਮੈਂ ਦੱਸਦਾ ਜਾ ਕੇ ਇਹਨੂੰ, ਇਹਨੂੰ ਕਿੰਨੇ ਵਾਰੀ ਕਿਹਾ ਕੰਚਰ ਨੂੰ ਵੀ ਇਹਨੂੰ ਨਾ ਆਉਣ ਦਈ। ਇੱਕ ਤਾਂ ਊਂ ਸਿਆਪਾ ਪਾ ਤਾ ਵਿਆਹ ਕਰਵਾ ਕੇ, ਇੱਕ ਤੂੰ ਨਾ ਇਹ ਕੁੜੀ ਕਹਿਣੇ 'ਚ ਹੈ। ਕੋਈ ਗੱਲ ਨਹੀਂ, ਮੈਂ ਦੱਸਦਾ ਇਹਨੂੰ ਪਤਾ, ਪਹਿਲਾਂ ਉਹਨੂੰ ਚਾਹ ਦੇਵਾਂ। ਤੂੰ ਆ ਜਾਂਦੇ ਦੱਸ ਹਾਂ ਬਾਪੂ ਦੱਸ ਤੈਨੂੰ ਕਿੰਨੇ ਵਾਰੀ ਕਿਹਾ ਕੰਜਰਾ ਤੂੰ ਆਪਦੀ ਤੀਵੀਂ ਨੂੰ ਸਮਝਾ ਨਹੀਂ ਸਕਦਾ ਉਹ ਹੁਣ ਕੀ ਹੋ ਗਿਆ ਅਜੇ ਹੋਇਆ ਨਹੀਂ ਹਜੇ ਤਾਂ ਬਹੁਤ ਕੁਛ ਹੋਣਾ ਸੀਗਾ ਅੱਜ ਗੱਲ ਤਾਂ ਦੱਸ ਕੀ ਹੋ ਗਈ ਗੱਲ ਕੀ ਦੱਸਦੀ ਆ
ਇੱਥੇ ਆ ਗਈ ਸੀ? ਹਾਂ ਮੇਰੇ ਸਾਲਿਆਂ ਦੀ ਨੂੰ ਇੰਨਾ ਸਮਝਾਇਆ ਮੈਂ ਇਹਨੂੰ, ਬਾਪੂ ਅੱਜ ਹੁਣ ਦੂਜੇ ਲੋਟ ਸਮਝਾਉ, ਤੂੰ ਬੇਫਿਕਰ ਹੋ ਜਾ, ਜਿਹਨੂੰ ਭਾਂਦਾ ਦੇਖੀ। ਦੇਖ ਲਾ ਸਨੀ, ਜੇ ਆਹ ਰਾਜ ਨਾ ਲੋਕਾਂ 'ਚ ਵੱਗ ਗਿਆ ਇਹ ਮੈਥੋਂ ਬੜਾ ਕੋਈ ਨਹੀਂ, ਤੁਸੀਂ ਇਹ ਹਿਸਾਬ ਲਾ ਲਿਓ। ਬਾਪੂ ਤੂੰ ਬੇਫਿਕਰ ਹੋ ਜਾ, ਅੱਜ ਮੇਰੇ ਸਾਲਿਆਂ ਦੇ ਪੜ੍ਹਨੇ ਪਾ ਦੂੰ ਮੈਂ, ਮਾਰ ਮਾਰ ਸੁੱਜਾ। ਪਤਾ ਨਹੀਂ ਵੀ ਆਪਾਂ ਤਾਂ ਕੀ ਕੰਮ ਵਿੱਢੀ ਬੈਠੇ ਹਾਂ, ਕਦੇ ਸਮਝ ਹੀ ਨਹੀਂ ਆਉਂਦੀ ਇਹਨੂੰ ਕੀ ਕਰਨ ਆਈ ਸੀ ਇੱਧਰ। ਗੱਲਾਂ ਦੀ ਨਾ ਹੋਵੇ, ਤੂੰ ਬਾਪੂ ਅੱਜ ਤੋਂ ਬਾਅਦ ਤੈਨੂੰ ਕੋਈ ਲਾਂਭਾ ਨਹੀਂ ਆਊਗਾ, ਅੱਜ ਦੀ ਮੈਂ ਰੇਲ ਬਣਾ ਦੂੰ। ਲਾਂਭਾ ਬਸ ਜੇ ਆ ਗਿਆ, ਪਰ ਮੈਂ ਨਹੀਂ ਤੁਹਾਨੂੰ ਲਾਂਭੇ ਵਾਲਾ ਛੱਡਣਾ। ਬਾਪੂ ਮੈਂ ਤੇਰੇ ਨਾਲ ਆ ਯਾਰ, ਮੇਰੀ ਤਾਂ ਤੂੰ ਉਹ ਕਰ ਗੱਲ ਮੰਨ, ਤੈਨੂੰ ਕਹਿਤਾ ਵੀ ਮੈਂ ਜਦੋਂ ਬੰਦਿਆਂ ਨੂੰ ਸਮਝਾਤੀ ਸੀਗੀ, ਨਹੀਂ ਇਹਨਾਂ ਦੀ ਜਨਾਨੀਆਂ ਦੀ ਮਤੀ ਕਿੱਥੇ ਪਿੱਛੇ ਹੁੰਦੀ ਆ, ਇੱਕ ਵਾਰੀ ਬੰਦੇ ਨੇ ਕਹਿਤਾ ਨੂੰ ਅੱਜ ਵੱਢੂ ਧਰਕੇ ਨੂੰ ਮੈਂ, ਤੇ ਤੂੰ ਹੁਣ 2 ਘੰਟੇ ਉੱਧਰ ਆਈ। ਮੈਂ ਹੀ ਆਉਣਾ ਰੇਲ ਅੱਗੇ, ਚਾਹ ਲੈ ਕੇ ਆ ਗਈ ਬਾਪੂ, ਤੂੰ ਤਾਂ ਲੇਟ ਹੋ ਗਿਆ ਸੀ, ਚਾਹ ਕੀ ਦੱਸ ਖੱਟੀ ਹੁੰਦੀ ਸੀ, ਭੈਣ ਚੋ ਮੈਂ ਆਪੀ ਲੈ ਕੇ ਆਉਂਦਾ ਚਾਹ। ਚੱਲ ਕੋਈ ਨਾ ਬਾਪੂ, ਮਾਰਤਾ ਸਾਰਾ, ਚੱਲ ਕੋਈ ਨਾ ਤੂੰ ਠੰਡਾ ਰਹਿ, ਗੱਲ ਤਾਂ ਨਹੀਂ ਨਾ ਕੋਈ ਹੋਈ, ਪਰ ਇਦੂ ਬਾਅਦ ਆਪਾਂ ਕੋਈ ਲਾਂਭਾ ਨਹੀਂ ਆਉਣ ਦਿੰਦੇ, ਆਪਾਂ ਅਣਗਹਿਲੀ ਨਹੀਂ ਕਰਨੀ, ਠੀਕ ਆ ਨਾ? ਚੱਲ ਠੀਕ ਆ, ਹੁਣ ਮੈਂ ਜਾਣਾ। ਕੋਈ ਗੱਲ ਨਹੀਂ, ਸਮਝਾ ਲੈ ਜੇ ਸਮਝਦੀ ਆ, ਨਹੀਂ ਆਉਂਦਾ ਛੱਡਿਆ ਕਿਤੇ, ਨਹੀਂ ਇੱਥੇ ਗੱਲ ਦੱਬ ਦੂੰਗਾ ਮੈਂ। ਬਸ ਠੀਕ ਆ ਬਾਪੂ, ਅੱਜ ਇਹਨੂੰ ਮੈਂ ਹੀ ਸਮਝਾਉਣਾ ਬੰਦਿਆਂ ਨੂੰ, ਬੰਦਿਆਂ ਵਾਂਗੂ ਸਮਝਾਊਗਾ ਇਹ। ਕੰਮਾ ਸਮਝ ਨਹੀਂ ਆਉਂਦੀ ਇੱਕ ਵਾਰੀ, ਕੀ ਗੱਲ ਹੋ ਗਈ ਹੈਗੀ? ਮੈਂ ਕੀ ਕਹਿਤਾ ਗਾ, ਰੋਟੀ ਖਾਣੀ ਹੈਗੀ, ਮੈਨੂੰ ਨਹੀਂ ਪਤਾ ਲੱਗਿਆ, ਉਹਨੇ ਸੁੱਤੀ ਪਈ ਸੀ, ਮੈਂ ਬਾਤ ਨਹੀਂ ਕੀ ਕਰਨ ਗਈ ਸੀ ਉਧਰ, ਮੈਨੂੰ ਕਹਿ ਸੀ ਉਧਰ ਨਹੀਂ ਜਾਣਾ, ਕੀ ਕਰਨ ਗਈ ਸੀ? ਹਾਂ ਛੱਡੋ ਮੇਰੀ, ਕਰਨ ਕੇ ਗਈ ਸੀ ਉਧਰ, ਬਾਹਰ ਛੱਡੋ, ਤੈਨੂੰ ਸਮਝ ਨਹੀਂ ਆਉਂਦੀ ਇੱਕ ਵਾਰੀ, ਤੈਨੂੰ ਬੰਦਿਆਂ ਨੂੰ ਸਮਝਾਤਾ ਵੀ ਚੱਕਾ ਉਹਦਾ ਜੁੱਲੀ ਬਿਸਤਰਾ ਜਾਂ ਤੁਰ ਜਾ ਉਹਦੇ ਪੇਕੇ। ਮੈਂ ਤਾਂ ਬਾਪੂ ਜੀ ਨੂੰ ਚਾਹ ਫੜਾਉਣ ਗਈ ਸੀ। ਬੜਾ ਫਿਕਰ ਆ ਬਾਪੂ ਦੀ ਚਾਹ ਦਾ, ਬਾਪੂ ਜੀ ਲੈਣ ਨਹੀਂ ਸੀ, ਮੈਂ ਤਾਂ ਗਈ ਸੀ ਉਧਰ, ਮੈਨੂੰ ਕੀ ਦੱਸਦਾ ਤੈਨੂੰ, ਤੇਰੀ ਜੀਭ ਪੱਟ ਲੂੰ ਜਦੋਂ ਤੂੰ ਮੇਰੇ ਕਹਿਣੇ ਚ ਨੀ ਚੱਲਣਾ। ਮੈਂ ਤਾਂ ਸੋਨੂੰ ਤਾਂ ਮੈਂ ਕੁਛ ਨੀ ਕਿਹਾ ਗਾ। ਤੂੰ ਉਧਰ ਕੀ ਲੈਣ ਗਈ ਸੀ ਉਧਰ, ਮੈਂ ਰੋਕਿਆ ਸੀ,
ਚਲੋ ਸੋਰੀ, ਅੱਜ ਤੋਂ ਬਾਅਦ ਨਹੀਂ ਜਾਂਦੀ, ਮੇਰੇ ਬਾਪੂ ਜੀ ਨੇ ਚਾਹ ਫੜਾਉਣ ਪਾ ਗਈ, ਅੱਜ ਤੋਂ ਬਾਅਦ ਨਹੀਂ ਜਾਂਦੀ। ਮੰਨਦੀ ਨੀ ਹਨਾ ਤੂੰ ਮੇਰੀ, ਖੂਨ ਪੀ ਲੂੰ ਤੇਰਾ ਖੂਨ, ਇਦੂ ਬਾਅਦ ਤੇਰਾ ਜੁੱਲੀ ਬਿਸਤਰਾ ਚੁਕਵਾਊਂਗਾ, ਠੀਕ ਹੈ ਨਾ, ਬਾਲ ਸਟਾਊਂਗਾ, ਤੂੰ ਬਾਹਰ ਨਾ ਮੰਨੀ ਤੂੰ ਮੇਰੀ ਗੱਲ। ਤੇਰੀ ਗਿੱਚੀ ਪਿੱਛੇ ਮਾਤਾ ਹੈ ਤੀਵੀਂ ਦੇ, ਸੋਰੀ ਸਮਝਾ ਤਾ ਨਾ ਯਾਰ, ਮੇਰੇ ਸੜਿਆਂ ਦੀ ਨੂੰ ਬੇਇੱਜ਼ਤੀ ਕਰਵਾਤੀ ਅੱਜ ਬਾਪੂ ਨੂੰ, ਤੈਨੂੰ ਕੁਛ ਹੋ ਜਾਂਦਾ ਉਦਾ, ਦੱਸ ਕੀ ਹੋ ਜਾਂਦਾ, ਹੈਂ ਕੀ ਜਵਾਬ ਦਿੰਦਾ ਲੋਕਾਂ ਨੂੰ ਮੈਂ, ਜੋ ਮੈਨੂੰ ਕੀ ਹੋਣਾ ਸੀਗਾ, ਐਂ ਕੀ ਹੋ ਜਾਊਗਾ, ਤੈਨੂੰ ਕਿਹਾ ਨਾ ਉਤਰ ਨਹੀਂ ਜਾਣਾ, ਨਹੀਂ ਜਾਂਦੀ, ਲੱਤਾਂ ਤੋੜ ਕੇ ਬਿਠਾਉਂ ਹੁਣ ਮੈਂ। ਕਮਾਲ ਦੀ ਗੱਲ ਆ ਗਈ, ਇੰਨਾ ਗੁੱਸਾ ਚਾਹ ਫੜਾਉਣ ਪਿੱਛੇ, ਪਹਿਲਾਂ ਬਾਪੂ ਨੇ ਕਿੰਨਾ ਕਿੰਨਾ ਗੁੱਸ ਸੁਣਾਇਆ, ਹੁਣ ਸਨੀ, ਮੈਨੂੰ ਸਮਝ ਨਹੀਂ ਆਉਂਦੀ ਗੀ ਇਹ ਜਿਹਾ ਉਸ ਘਰ 'ਚ ਹੈ ਕੀ ਹੈਗਾ ਜਿਹੜਾ ਮੈਨੂੰ ਇੰਨਾ ਤੰਗ ਕਰਦੇ ਨੇਗੇ, ਇੱਕ ਸਿਰਫ ਜਾਣ ਪਿੱਛੇ, ਮੈਂ ਤਾਂ ਕੋਈ ਗਲਤੀ ਵੀ ਨਹੀਂ ਕੀਤੀ ਹੈਗੀ ਗੀ, ਇੱਕ ਚਾਹ ਫੜਾਉਣੀ ਵੀ ਐਡੀ ਵੱਡੀ ਗਲਤੀ ਬਣ ਗਈ ਮੇਰੀ, ਕੁਛ ਨਹੀਂ ਸਮਝ ਲੱਗ ਰਿਹਾ ਹੋਈ ਕੀ ਜਾਂਦਾ ਗਾ। ਕੋਈ ਆ ਜਾ ਕੰਜਾ ਆ ਜਾ, ਪਿੱਛੇ ਰਹਿ ਜਾ ਤੂੰ, ਉਹ ਕੀ ਹੋ ਗਿਆ ਬਾਪੂ, ਤੂੰ ਵੀ ਨਾ ਸਬਰ ਹੀ ਨਹੀਂ ਰੱਖਦਾ, ਦੇ ਫੋਨ ਤੇ ਫੋਨ, ਆ ਜਾ ਆ ਜਾ ਆ ਜਾ, ਕੋਲੇ ਬੈਠੀ ਸੀ ਉਹ। ਚੰਗਾ ਚੰਗਾ ਚੁੱਪ ਕਰ, ਓਏ ਐ ਕਰ, ਤੂੰ ਕਿਸੇ ਡਾਕਟਰ ਨੂੰ ਜਾਣਦਾ? ਡਾਕਟਰ ਨੂੰ ਲੈ ਕੇ ਕਿਹੜਾ, ਪਿੰਡ ਚ ਤਾਂ ਲਿਆ ਨਹੀਂ ਸਕਦੇ। ਓਏ ਬਸ ਕਿਵੇਂ ਕਰ, ਕੋਈ ਡਾਕਟਰ ਇਹੋ ਜਿਹਾ ਲੈ ਕੇ ਆਵੇ, ਲੈ ਕੇ ਆ ਵੀ ਜਿਹੜਾ ਆਪਾਂ ਨੂੰ ਕੋਈ ਜਾਣਦਾ ਨਾ ਹੋਵੇ, ਠੀਕ ਹੈ ਕਿ ਨਾ, ਜਾ ਕੰਮ ਵਧਿਆ ਪਿਆ ਹੈਗਾ, ਜਾਂ ਛੇਤੀ ਲੈ ਕੇ ਆਉਣ, ਫਿਰ ਤਾਂ ਖਰੀਦਣਾ ਪੂਰ ਰੁਪਈਆ ਲੱਗ ਜੂ 50-60 ਹਜ਼ਾਰ। ਉਹ ਜਿੰਨਾ ਮਰਜ਼ੀ ਲੱਗ ਜੇ ਆ, ਤੂੰ ਪੈਸੇ ਦੀ ਕਿਉਂ ਪਰਵਾਹ ਕਰਦਾ ਹੁੰਦਾ, ਤੂੰ ਲੈ ਕੇ ਆ ਡਾਕਟਰ, ਬਸ ਉਹਨੂੰ ਆਪਾਂ ਨੂੰ ਕਿਸੇ ਜਾਣਦਾ ਨਾ ਹੋਵੇ ਪਿੰਡ 'ਚ। ਪਿੰਡ 'ਚ ਨਾ ਜਾਣਦਾ ਹੋਵੇ? ਹਾਂ ਯਾਰ ਬਾਪੂ, ਇਹੋ ਜਿਹਾ ਡਾਕਟਰ ਮੈਂ ਹੁਣ ਕਿੱਥੋਂ ਲੈ ਕੇ ਆਵਾਂ, ਤੂੰ ਵੀ ਨਾ ਸਿਆਪਾ ਹੀ ਪਾ ਦਿੰਦਾ, ਤੈਨੂੰ ਉਦੋਂ ਕਿਹਾ ਸੀ ਵੀ ਉਹ ਕੰਮ ਹੀ ਕਰਦੇ, ਤੂੰ ਵੀ ਮੰਨਿਆ ਨਹੀਂ। ਓਏ ਚੰਗਾ ਚੰਗਾ ਮੱਤਾਂ ਨਾ ਦੇ ਮੈਨੂੰ ਹੁਣ, ਤੂੰ ਜਾ ਲੈ ਕੇ ਉਹਨੂੰ, ਤੈਨੂੰ ਤਾਂ ਮੈਂ ਮੱਤ ਦੇਈ ਕਦੋਂ ਸਕਦਾ, ਸਿਆਪੇ ਸੇੜ ਸਕਦਾ ਤੂੰ, ਨਾਲ ਮੈਨੂੰ ਵੀ ਪਸਾਇਆ ਵਾ ਤੇਰਾ। ਬਸ ਉਹਦੀ ਚੱਕ ਚਾ ਕੇ ਨਾ ਤੂੰ ਬੋਲਣ ਲੱਗ ਗਿਆ ਹੁਣ। ਓ ਬਾਪੂ, ਓਏ ਜਿਹੜਾ ਕੰਮ ਆਪਾਂ ਵਿੱਢੀ ਬੈਠੇ ਤੂੰ ਚੁੱਪ ਕਰਕੇ ਕਿਉਂ ਇੱਥੇ ਕਲੇਸ਼ ਕਰਾਉਣਾ, ਜਾ ਛੇਤੀ ਜਾ। ਚੱਲ ਠੀਕ ਆ ਮੈਂ ਜਾਣਾ। ਹਾਂ ਛੇਤੀ ਆ ਜੀ। ਇਹ ਵੀ ਕੰਚਰ ਨਾ, ਮੈਂ ਦੇਖਦਾ ਯਾਰ ਜਾ ਕੇ ਕੀ ਬਣੂਗਾ ਤੂੰ। ਆਜੋ ਆਜੋ ਡਾਕਟਰ ਸਾਹਿਬ, ਚਲ ਆਜੋ ਆਜੋ, ਜਲਦੀ ਆਜੋ ਮਾੜਾ ਜਿਹਾ ਬਸ। ਹੈਂ ਡਾਕਟਰ, ਹੇ ਕਿਵੇਂ? ਹੈਂ ਡਾਕਟਰ ਸਾਡੇ ਘਰੇ ਕਿਵੇਂ? ਨਾਲੇ ਸਨੀ ਇਹਦੇ ਨਾਲ ਕੀ ਗੱਲਾਂ ਕਰਦਾ ਪਿਆ? ਡਾਕਟਰ ਦਾ ਤਾਂ ਕੰਮ ਹੀ ਨਹੀਂ ਹੈਗਾ, ਨਾ ਹੀ ਮੈਂ ਬਿਮਾਰ ਹਾਂ, ਕੀ ਗੱਲ ਹੋਈ ਸਮਝੋ ਬਾਹਰ ਆ।
ਹੈ ਇਹ ਪਸ਼ੂਆਂ ਵਾਲੇ ਚ ਕੀ ਕਰਨ ਗਏ ਨੇ ਪਸ਼ੂਆਂ ਵਾਲੇ ਚ ਉਹ ਵੀ ਡਾਕਟਰ ਸਮਝ ਨਹੀਂ ਲੱਗ ਰਹੀ ਕੁਛ ਇਹ ਕੀ ਹੋ ਰਿਹਾ ਹੈਗਾ ਉਹ ਹਾਂ ਬਾਪੂ ਕਿਉਂ ਬੁਲਾਇਆ ਕਿਉਂ ਬੁਲਾਇਆ ਨਾ ਹੁਣ ਮੈਂ ਬੁਲਾ ਵੀ ਨਹੀਂ ਸਕਦਾ ਸਾਰਾ ਦਿਨ ਉਹਦਾ ਗੱਡਾ ਮਲ ਕੇ ਬੈਠਾ ਰਹਿਣਾ ਕਦੇ ਪਿਓ ਦੀ ਵੀ ਗੱਲ ਸੁਣ ਲਿਆ ਕਰੋ ਕੋਈ ਮੈਂ ਉਹਦੇ ਨਾਲ ਕਿਤੇ ਨਹੀਂ ਗਿਆ ਅੱਜ ਉਹ ਤਿਆਰ ਹੋਈ ਵੀ ਆ ਅੱਜ ਉਹਦੇ ਨਾਲ ਮੈਂ ਸ਼ਹਿਰ ਜਾਣਾ ਸ਼ਹਿਰ ਛੋੜ ਨਹੀਂ ਜਾਣਾ ਆਪਾਂ ਉਹ ਤੈਨੂੰ ਪਤਾ ਨਹੀਂ ਹੁਣ ਉਹ ਵਕਤ ਉਹਰੇ ਕੇ ਮੁੰਡੇ ਦਾ ਭੋਗ ਹੈ ਉੱਥੇ ਜਾਣਾ ਉਹ ਬਾਪੂ ਹੁਣ ਮਾਨਸਾ ਲੈ ਕੇ ਜਾਏਗਾ 5 ਘੰਟੇ ਲੱਗ ਜਾਣਗੇ 5 ਆਪਾਂ ਨੂੰ ਕਿਉਂ 5 ਕਾਹਦੇ ਨਾਲ ਲੱਗਣਗੇ ਤੂੰ ਬੱਸ ਤੇ ਚੜ ਜਾ ਲੈ ਤੇ ਉਹ ਜਿਹੜੀ ਗੱਡੀ ਤੈਨੂੰ 4,00,000 ਰੁਪਇਆ ਲਾ ਕੇ ਦਿੱਤੀ ਸੀ ਉਹਨੂੰ ਪਰੌਣੀ ਨੂੰ ਲੈ ਕੇ ਨਹੀਂ ਜਾਣਾ ਕਿਤੇ ਗੱਲਾਂ ਦੇ ਕਰਦਾ ਗੱਲ ਤਾਂ ਸੁਣ ਲੈ ਇੱਧਰ ਕੀ ਸਹੇੜਿਆ ਵਾ ਮਰਵਾਉਣਾ ਹੁਣ ਤੂੰ ਮੈਂ ਨਿਗਾਹ ਰੱਖ ਲੂੰ ਇੱਥੇ ਇਹਨੂੰ ਲੈ ਕੇ ਮੈਂ ਟਲ ਜਾਣਾ ਇੱਕ ਪਿਓ ਨੂੰ ਨਾ ਮੱਤਾਂ ਦੇਣ ਜੋਗੇ ਹੋ ਤੁਸੀਂ ਮੈਂ ਤੁਹਾਡਾ ਪਿਓ ਹਾਂ ਸਭ ਕੁਝ ਜਾਣਦਾ ਵੀ ਕਿਹਨੂੰ ਕਿੱਥੇ ਰੱਖਣਾ ਸਮਝ ਗਿਆ ਤੂੰ ਚੱਲ ਮੇਰੇ ਨਾਲ ਸਿੱਧਾ ਹੋ ਕੇ ਉਹ ਮੇਰਾ ਸੜਾਂ ਦਿਆ ਬਾਪੂ ਤੂੰ ਵੀ ਤੰਗ ਕੀ ਕਰਦਾ ਤੂੰ ਹੁਣ ਭੋਗਤੇ ਬਣ ਜਾ ਉਹਨੂੰ ਮੈਂ ਨਾਲ ਲੈ ਜਾਊਂਗਾ ਫਸ ਜਾਾਂਗੇ ਮੈਨੂੰ ਲੱਗਦਾ ਨਾ ਖੁੰਡੇ ਨਾਲ ਸਿੱਧਾ ਕਰਨਾ ਪਊ ਤੈਨੂੰ ਚੰਗੀ ਤਰ੍ਹਾਂ ਤੂੰ ਹੁੰਡਾ ਦਾ ਦੂਰ ਹੀ ਰੱਖ ਹੁੰਡਾ ਦੂਰ ਰੱਖ ਚੱਲ ਫਿਰ ਕੱਢ ਗੱਡੀ ਚਲੀ ਗੱਲਬਾਤ ਹੋ ਗਈ ਇੱਧਰ ਹੁਣ ਉਹਨੂੰ ਤਾਂ ਹਟ ਗਈ ਉਹ ਓਏ ਜਿੱਦੇ ਦੀ ਤੂੰ ਝਿੜਕੀ ਆ ਨਾ ਚੰਗੀ ਤਰ੍ਹਾਂ ਉਹਦੇ ਦੀ ਇੱਧਰ ਪੈਰ ਨਹੀਂ ਪਾਇਆ ਉਹਨੇ ਉੱਥੋਂ ਹੀ ਫੜਾ ਦਿੰਦੀ ਐ ਲਓ ਬਾਪੂ ਚਾਹ ਬਣ ਗਈ ਰੋਟੀ ਬਣ ਗਈ ਸਾਰਾ ਕੁਛ ਆ ਐ ਜੀ ਚੰਗੀ ਤਰ੍ਹਾਂ ਪਲੇਟ ਕਰਿਆ ਕਰ ਉਹਦੀ ਹੁਣ ਨਾ ਮਰਵਾ ਦੀ ਤੂੰ ਓਏ ਨਹੀਂ ਮਰਵਾਉਂਦਾ ਨਾਲੇ ਇੱਧਰ ਨਹੀਂ ਆ ਸਕਦੀ ਹੁਣ ਉਹ ਉਹਨੂੰ ਦੱਸਿਆ ਹੋਇਆ ਵੀ ਇੱਥੇ ਕੁੱਤੇ ਪਾਲੇ ਹੋਏ ਆ ਕਿਤੇ ਲੱਖ ਫੜਵਾਲ ਓਏ ਪੱਕਾ ਜ਼ਿੰਮੇਵਾਰੀ ਤੇਰੀ ਹੋਊਗੀ ਚਾਹ ਠੀਕ ਆ ਮੈਂ ਗੱਡੀ ਕੱਢਦਾ ਆ ਜੀ ਫਿਰ ਚੱਲ ਛੇਤੀ ਕੱਢ ਅਕੇ ਬੱਸ ਤੇ ਵਗ ਜਾ ਕਿਉਂ ਗੱਡੀ ਤੇ ਤੈਨੂੰ ਉਹੀ ਲਾ ਕੇ ਦਿੱਤਾ ਸੀ ਪੈਸੇ ਹੈ ਦੇਖ ਲੈ ਆਪ ਵੀ ਚਲਾਉਂਦੇ ਆ ਹਾਂ ਉਹਨੂੰ ਤਾਂ ਲੈ ਜੂਗਾ ਬਿਠਾ ਕੇ ਗੱਡੀ 'ਚ ਅਤੇ ਉਹਨੂੰ ਬੱਸ ਤੇ ਵਗ ਜਾ ਹਾਂ ਠੀਕ ਹੈ ਬੁਢਾ ਆਪ ਹੀ ਭੈਣ ਬੱਸਾਂ 'ਚ ਧੱਕੇ ਖਾਈ ਫਿਰੂਗਾ ਬਰੇ ਲੋਤੇ ਆਉਂਦੇ ਨਹੀਂ ਹੈਗੇ ਕਮੋ ਮੇਰੀ ਗੱਲ ਸੁਣ ਚਲੋ ਤੁਸੀਂ ਪਹਿਲਾਂ ਗੱਡੀ ਕੱਢੋ ਆਪਾਂ ਗੱਡੀ 'ਚ ਗੱਲਾਂ ਕਰਦੇ ਜਾਵਾਂਗੇ ਕੱਢਦੇ ਆ ਖੰਡ ਬਣ ਕੇ ਨਾ ਗੁੱਸਾ ਨਾ ਕਰੀ ਯਾਰ ਕਾਹਦਾ ਗੁੱਸਾ ਗੁੱਸਾ ਐ ਨਾ ਕਰੀ ਅੱਜ ਤਾਂ ਵੀਰਵਾਰ ਆ ਤੂੰ ਮੇਰੇ ਯਾਦ ਨਹੀਂ ਕਰਾਇਆ ਫਿਰ ਤੂੰ ਕਹਿ ਦਿੰਦੀ ਆ ਹਨਾ ਤੂੰ ਮੇਰੀ ਗੱਲ ਸੁਣ ਅੱਜ ਨਾ ਬਾਪੂ ਦਾ ਯਾਰ ਦੋਸਤ ਆ ਬਖਤੌਰਾ ਉਹਦਾ ਭੋਗ ਆ ਮਾਨਸਾ ਜਾ ਕੇ ਆਉਣਾ ਉਹਨੂੰ 4-5 ਘੰਟੇ ਲੱਗ ਜਾਣਗੇ ਘੰਟਾ ਜਾਣ ਦਾ ਘੰਟਾ ਆਉਣ ਦਾ 2-4 ਘੰਟੇ ਬੈਠਾਂਗੇ ਵੀ ਉੱਥੇ ਬਸ ਕਰਤੀ ਉਹੀ ਗੱਲ ਓ ਯਾਰ ਸੌਰੀ ਯਾਰ ਚੱਲ ਕੋਈ ਨਾ ਬੁੱਗੇ ਕੱਲ ਨੂੰ ਚੱਲਾਂਗੇ ਚੰਗਾ ਆਪਾਂ ਇੰਨੇ ਪਸੀਨੇ ਨਾਲ ਕਿੱਥੋਂ ਭਿੱਜ ਕੇ ਆਏ ਹੋ ਕੀ ਗੱਲ ਆ ਉਹ ਗੱਲ ਕੋਈ ਨਹੀਂ ਬਾ ਮੈਂ ਭੋਗ ਤੇ ਜਾਣਾ ਹੁਣ ਗੱਡੀ ਉੱਧਰ ਲੈ ਜਾਾਂਗੇ ਮੇਰੇ ਲਈ ਤਾਂ ਨਾ ਤੁਹਾਡੇ ਕੋਲ ਟਾਈਮ ਹੀ ਹੈ ਨਹੀਂਗਾ ਉਹ ਟਾਈਮ ਕਾਹਤੋਂ ਨਹੀਂ ਹੈਗਾ ਚੱਲ ਮੈਂ ਗੇਟ ਖੋਲ ਕੇ ਆਉਣਾ ਤੇ ਗੱਡੀ ਕੱਢਾਂਗੇ ਚੰਗਾ ਮੈਨੂੰ ਜਾਣ ਦੇ ਚੰਗਾ ਬਾਪੂ ਵੀ ਜਾ ਰਿਹਾ ਸਨੀ ਵੀ ਜਾ ਰਿਹਾ ਆਹੀ ਮੌਕਾ ਗਾ ਜਿਹੜਾ ਸਾਂਭਣਾ ਅੱਜ ਸੱਚ ਦਾ ਪਤਾ ਲੱਗ ਸਕਦਾ ਗਾ ਨਹੀਂ ਤਾਂ ਇਦੋਂ ਬਾਅਦ ਇਹੋ ਜਿਹਾ ਮੌਕਾ ਕਦੇ ਨਹੀਂ ਦੁਬਾਰਾ ਮਿਲਣਾ ਸ਼ਾਇਦ ਪਰਮਾਤਮਾ ਦਾ ਇਸ਼ਾਰਾ ਹੀ ਹੈ ਇਹ ਨਹੀਂ ਤਾਂ ਹਰ ਵਕਤ ਮੈਨੂੰ ਤਾੜਦੇ ਰਹਿੰਦੇ ਨੇ ਤੂੰ ਇੱਧਰ ਨਹੀਂ ਜਾਣਾ ਉੱਧਰ ਨਹੀਂ ਜਾਣਾ ਅੱਜ ਕਰਦੀ ਹਾਂ ਸਾਰਾ ਹੱਲ ਖਬਰਾਂ ਵਾਰੀ ਵਾਰੀ ਹੁੰਦੀ ਬਹੁਤ ਕੁਛ ਹੁੰਦਾ ਖਬਰਾਂ 'ਚ ਉਹੀ ਗੱਲ ਆ ਖਬਰਾਂ ਸੁਣਨੀਆਂ ਚਾਹੀਦੀਆਂ ਫਿਰ ਹੀ ਪਤਾ ਲੱਗਦਾ ਕੀ ਹੋਈ ਜਾਂਦਾ ਗਾ ਸਤਿ ਸ਼੍ਰੀ ਅਕਾਲ ਜੀ ਬਹਿਜੋ 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 ਭਾਈ ਡਰੀ ਕਿਉਂ ਜਾਂਦੇ ਹੋ ਮੈਂ ਤੁਹਾਨੂੰ ਪਰ ਪਹਿਲੀ ਗੱਲ ਸਿਆਣਿਆ ਨਹੀਂ ਤੁਹਾਨੂੰ ਮੈਂ ਜੀ ਮੈਂ ਸੰਗਦੇ ਕਿਉਂ ਖੁੱਲ੍ਹ ਕੇ ਦੱਸੋ ਗੱਲ
ਜੋਰਾ ਨਹੀਂ ਹੈਗਾ ਗਾ। ਹਾਂਜੀ ਹਾਂਜੀ ਮੈਂਬਰ, ਮੈਂ ਉਹਨਾਂ ਦੀ ਨੂੰਹ ਆ ਗਈ। ਅੱਛਾ ਅੱਛਾ ਕੀ ਪ੍ਰੋਬਲਮ ਹੋ ਗਈ ਭਾਈ, ਸੁੱਖ ਤਾਂ ਹੈ? ਹਾਂਜੀ ਸਰਪੰਚ ਸਾਹਿਬ, ਮੈਂ ਵੀ ਤੁਹਾਡਾ ਘਰ ਨਹੀਂ ਸੀ ਜਾਣਦੀ, ਪਰ ਮੈਂ ਪੁੱਛ ਪੁੱਛ ਕੇ ਆਈ ਹਾਂ। ਮੈਂ ਨਾ ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਆ। ਦੱਸੋ ਭਾਈ, ਕੋਈ ਗੱਲ ਨਹੀਂ, ਤੁਸੀਂ ਜੋ ਵੀ ਗੱਲ ਹੈ ਨਾ ਦਾਵਾਂ ਦਾ ਦੱਸੋ, ਮੇਰਾ ਵੀ ਦਿਲ ਜਾ ਬੈਠੀ ਜਾਂਦਾ ਕੀ ਗੱਲ ਹੋ ਗਈ ਇਹ ਜੀ। ਬਾਕੀ ਜਿਹੜੇ ਤੁਸੀਂ ਮੈਂਬਰ ਦੇ ਘਰੋਂ ਆਏ, ਮੈਨੂੰ ਤਾਂ ਐਂ ਲੱਗਦਾ ਕੋਈ 19-21 ਤਾਂ ਨਹੀਂ ਹੋ ਗਈ? ਜਿਵੇਂ ਮਰਜ਼ੀ ਸਮਝ ਲਓ ਜੀ, 19-21 ਦਾ ਤਾਂ ਪਤਾ ਨਹੀਂ, ਪਰ ਮੈਨੂੰ ਇੰਨਾ ਜ਼ਰੂਰ ਪਤਾ ਸਾਡੇ ਘਰ ਦੇ ਵਿੱਚ ਕੁਝ ਗਲਤ ਜ਼ਰੂਰ ਹੋ ਰਿਹਾ। ਗਲਤ ਹੋ ਰਿਹਾ? ਓਹੋ, ਮੈਨੂੰ ਦੱਸੋ ਵੀ ਨਾ ਖੁੱਲ੍ਹ ਕੇ ਦੱਸੋ, ਜਦੋਂ ਤੁਸੀਂ ਹੁਣ ਆ ਹੀ ਗਏ ਮਨ ਬਣਾ ਕੇ ਵੀ ਸਰਪੰਚ ਕੋਲ ਦੱਸ ਕੇ ਅੱਗੇ, ਫਿਰ ਤੁਸੀਂ ਮੈਨੂੰ ਗੱਲ ਵੀ ਖੁੱਲ੍ਹ ਕੇ ਦੱਸ ਦਿਓ, ਫਿਰ ਹੀ ਮੈਂ ਤੁਹਾਡੀ ਕੋਈ ਮਦਦ ਕਰ ਪਾਊਂਗਾ। ਹਾਂਜੀ, ਜਿਸ ਦਿਨ ਦੇ ਨਾ ਮੈਂ ਵਿਆਹ ਕੇ ਆਈ ਹੈਗੀ, ਮਤਲਬ ਕਿ ਸਾਡੀ ਲਵ ਮੈਰਿਜ ਹੋਈ ਹੈ ਮੇਰੀ ਅਤੇ ਸਨੀ ਦੀ, ਬਾਪੂ ਜੀ ਨਾ ਬੜਾ ਅਜੀਬ ਜਿਹਾ ਵਰਤਾਓ ਕਰਦੇ ਮੇਰੇ ਨਾਲ। ਦੇਖੋ ਮੈਂ ਉਸ ਘਰ ਦੀ ਨੂੰਹ ਹਾਂ, ਮੈਂ ਘਰ ਦੇ ਵਿੱਚ ਕਿਤੇ ਵੀ ਜਾ ਸਕਦੀ ਹਾਂ ਨਾ। ਹਾਂ ਜਾ ਸਕਦੇ ਭਾਈ, ਕਿਸੇ ਮੈਂਬਰ ਨਹੀਂ ਆ, ਮੈਂ ਇਸ ਟਾਈਮ ਘਰ ਪਰਿਵਾਰ ਦਾ ਹਿੱਸਾ ਤੂੰ। ਅਤੇ ਮੈਨੂੰ ਨਾ ਉਹ ਦੂਸਰਾ ਘਰ ਆ ਜਿਹੜਾ ਸਾਡਾ ਬਾਹਰਲਾ, ਉੱਧਰ ਪੈਰ ਨਹੀਂ ਪਾਉਣ ਦਿੰਦੇ। ਜਦੋਂ ਵੀ ਮੈਂ ਜਾਂਦੀ ਹਾਂ, ਜਾਂ ਤਾਂ ਬਾਪੂ ਗਾਲਾਂ ਦੇਣ ਲੱਗ ਜਾਂਦਾ, ਜਾਂ ਸਨੀ ਕੁੱਟਮਾਰ ਕਰਦਾ, ਪਰ ਸਨੀ ਮੇਰੇ ਨਾਲ ਇੱਦਾਂ ਕਦੇ ਨਹੀਂ ਸੀ ਕਰਦਾ ਹੁੰਦਾ। ਇਹੋ ਜਿਹਾ ਭਾਈ ਕਿਹੋ ਜਿਹਾ ਕੀ, ਉੱਧਰ ਬਾਂਦਰ ਦਾ ਬੱਚਾ ਬੰਨੀ ਬੈਠਿਆ ਹੋ ਜਿਹੜਾ ਮਗਰ ਪੈ ਜਾਊਗਾ? ਇਹ ਤਾਂ ਮੈਨੂੰ ਪਤਾ ਨਹੀਂ ਜੀ, ਉਹ ਨਾ ਹੁਣ ਭੋਗ 'ਤੇ ਗਏ ਹੋਏ ਨੇਗੇ। ਤੁਸੀਂ ਮੇਰੇ ਨਾਲ ਚੱਲੋ, ਮੈਂ ਵੇਖਣਾ ਚਾਹੁੰਦੀ ਹਾਂ ਵੀ ਉੱਥੇ ਇਹੋ ਜਿਹਾ ਹੈ ਕੀ, ਕਿਉਂਕਿ ਜੇ ਮੈਂ ਇਕੱਲੀ ਹੋਈ ਉਹ ਮੈਨੂੰ ਡਰਾ ਧਮਕਾ ਦੇਣਗੇ, ਫਿਰ ਵੀ ਜੇ ਆ ਗਏ ਪਲੀਜ਼ ਮੇਰੇ ਨਾਲ ਚੱਲੋਗੇ ਤਾਂ ਮੈਂ ਦੇਖ ਸਕਦੀ ਹਾਂ ਉੱਥੇ ਹੈ ਕੀ ਆ। ਇਹ 'ਚ ਕੀ ਗੱਲ ਆ, ਜੇ ਕੋਈ ਇਹੋ ਜਿਹੀ ਗੱਲ ਆ ਤਾਂ ਮੈਂ ਚੱਲ ਵੜਦਾ, ਇਹ 'ਚ ਗੱਲ ਆ, ਮੇਰਾ ਵੀ ਹੱਕ ਬਣਦਾ, ਪਿੰਡ ਦਾ ਮੈਂ ਫਿਰ ਵੀ ਸਰਪੰਚ ਆ। ਹਾਂਜੀ ਜੀ ਚਲੋ। ਚਲੋ ਭਾਈ ਚਲੋ 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 ਚਲੋ, ਡਰਨ ਦੀ ਕੀ ਲੋੜ ਹੈ, ਆ ਜਾਓ ਭਾਈ। ਕੀ ਹੋ ਗਿਆ ਹੁਣ? ਉੱਧਰ ਦੇਖੋ ਉਹ ਭਾਈ ਛੋਟੇ ਘਰ ਦੇ ਮੈਂਬਰ ਹੋ, ਕੋਈ ਡਰੀ ਗਈ ਜਾਂਦੇ, ਆਪਾਂ ਜਾ ਕੇ ਪੁੱਛਦੇ ਹਾਂ ਕੀ ਗੱਲ ਆ ਕੀ ਬਾਤ ਆ, ਤੁਸੀਂ ਜਾਣਦੇ ਨਹੀਂ ਹੁਣ। ਨਹੀਂ ਨਹੀਂ ਅੰਕਲ, ਅਸੀਂ ਤਾਂ ਘਰ ਦੇ ਵਿੱਚ ਤਿੰਨ ਹੀ ਜੀ ਆ। ਕੌਣ? ਆ ਜਾਓ ਭਾਈ ਆ ਜਾਓ। ਲੈ ਭਾਈ, ਛੋਟੇ ਘਰ ਦੀ ਕੁੜੀ ਆ, ਤੁਸੀਂ ਇਹਨੂੰ ਜਾਣਦੇ ਨਹੀਂ? ਤਾਂ ਮਨਾ ਭਾਈ, ਜੋਰੇ ਦੀ ਕੁੜੀ, ਸਾਡੀ ਕੁੜੀ। ਹਾਂ ਸਣੀ ਦੀ ਭੈਣ ਆ। ਨਹੀਂ ਨਹੀਂ ਅੰਕਲ, ਤੁਹਾਨੂੰ ਕੋਈ ਭੁਲੇਖ ਲੱਗ ਰਿਹਾ? ਭਾਈ ਕੌਣ ਹੋ ਤੁਸੀਂ? ਉਹ ਭਾਈ ਸਾਡੇ ਪਿੰਡ ਦੀ ਕੁੜੀ ਆ, ਸੁਣੇ ਸੀ ਜਾਣਦੇ ਨੇਗੇ, ਕਮਾਲ ਕਰੀ ਜਾਂਦੇ ਤੂੰ। ਅਮਨ ਆਇਆ, ਪੁੱਛੋ ਦੇਖੋ, ਆਉਣਾ ਨਾ ਭਾਈ ਛੋਟਾ ਨਾ। ਹਾਂ ਆ ਦੇਖ, ਆ ਕੁੜੀ ਆ, ਐਡੇ ਵੱਡੇ ਘਰ ਤੁਹਾਨੂੰ ਪਤਾ ਨਹੀਂ ਲੱਗਦਾ ਆ ਕੁੜੀ ਦਾ? ਲੈ ਕਮਾਲ ਆ ਭਾਈ, ਮੈਨੂੰ ਲੱਗਦਾ ਛੋਟੇ ਤਾਂ ਨਹੀਂ ਇਹ ਭਾਈ, ਤੁਸੀਂ ਤੁਹਾਨੂੰ ਜਾਣਦੇ ਨਹੀਂ? ਤੁਸੀਂ ਜਾਣਦੇ ਹੋ? ਮੈਂ ਨਹੀਂ ਜਾਣਦੀ ਇਹਨੂੰ। ਮੈਂ ਨਹੀਂ ਜਾਣਦੀ ਇਹਨੂੰ। ਇਹ ਕਹਿੰਦੇ ਮੈਂ ਨਹੀਂ ਜਾਣਦੀ, ਤੂੰ ਨਹੀਂ, ਮੈਂ ਨਹੀਂ ਜਾਣਦੀ, ਹੋਏ ਕੀ ਜਾਂਦਾ ਇਸੇ ਘਰੇ ਫਿਰ ਇਹ? ਮੈਨੂੰ ਦੱਸ ਤੂੰ ਹੈ ਕੌਣ ਹੈਗੀ? ਉਹ ਭਾਈ ਮੈਂ ਇੰਨਾ ਤਾਂ ਜਾਣਦਾ, ਹੱਥਾਂ 'ਚ ਮੇਰੇ ਪਾਲੀ ਆ, ਖੇਡੀ ਆ, ਮੈਂ ਇਹਨੂੰ ਭੁੱਲਿਆ ਤਾਂ ਨਹੀਂ ਗਾ, ਹਾਏ ਤਾਂ ਸਨੀ ਦੀ ਭੈਣ ਹੈ, ਉਹਦੀ ਜੋਰੇ ਦੀ ਕੁੜੀ ਹੈ। ਕੁੜੀ? ਹਾਂ ਸਨੀ ਦੀ ਭੈਣ। ਹਾਂ ਸਨੀ ਦੀ ਭੈਣ। ਪਰ ਸਨੀ ਤਾਂ ਕਹਿੰਦਾ ਸੀਗਾ ਮੇਰੇ ਕੋਈ ਭੈਣ ਹੀ ਹੈ ਨੀ। ਨਹੀਂ ਨਹੀਂ ਭਾਈ, ਮੈਂ ਹੁਣ ਜਾਣਦਾ ਗਾ ਸਨੀ ਦੀ ਭੈਣ ਆ, ਪਰ ਮੈਨੂੰ ਆ ਨੀ ਪਤਾ ਇਹ ਕੀ ਗੱਲ ਆ ਭਾਈ, ਤੁਸੀਂ ਗੱਲ ਦੱਸਣਾ ਖੋਲੇ। ਤੁਸੀਂ ਇੱਥੇ ਜਾਓ, ਤੁਸੀਂ ਮੇਰੇ ਮੈਨੇਜਰ ਨਾਲ ਬੈਠੋ, ਜਾਓ ਅੰਕਲ ਇਹਨਾਂ ਨੂੰ ਲੈ ਜਾਓ, ਜੇ ਆ ਗਏ ਨਾ ਤੁਹਾਨੂੰ ਲੜਨਗੇ ਨਾਲੇ ਮੈਨੂੰ। ਭਾਈ ਇਹ ਤਾਂ ਮੈਨੂੰ ਲੈ ਕੇ ਆਈ ਹੈ। ਨਹੀਂ ਕਮਾਲ, ਮੇਰੀ ਗੱਲ ਸੁਣ। ਨਹੀਂ ਮੈਂ, ਮੇਰੀ ਗੱਲ ਸੁਣ, ਜੇ ਤੂੰ ਅਮਨ ਹੈ ਨਾ ਸਨੀ ਦੀ ਭੈਣ। ਉਹ ਭਾਈ ਮੈਂ ਦੱਸਦਾ ਗੱਲ, ਭਾਈ ਮੇਰੇ ਦਿਮਾਗ 'ਚ ਗੱਲ ਆਈ ਜਾਂਦੀ ਹੈ, ਤੁਸੀਂ ਤਾਂ ਨਾਲੇ ਕਹਿੰਦੇ ਸੀ ਸਨੀ ਅਰਗੇ, ਜੋਰਾ ਵੀ ਟੱਕਰਦਾ ਰਹਿੰਦਾ ਮੈਨੂੰ ਵੀ ਸਾਡੀ ਕੁੜੀ ਤਾਂ ਬਾਹਰ ਗਈ ਵੀ ਹੈ। ਨਹੀਂ ਅੰਕਲ ਜੀ, ਇਹਨਾਂ ਨੂੰ ਤੁਸੀਂ ਲੈ ਜਾਓ,
ਉਹ ਨਹੀਂ ਭਾਈ, ਇਹਨਾਂ ਨੂੰ ਤਾਂ ਮੈਂ ਲੈ ਜਾਊ। ਤੁਸੀਂ ਮੇਰੀ ਗੱਲ ਦਾ ਜਵਾਬ ਨਹੀਂ ਦਿੱਤਾ। ਮੈਂ ਤੁਹਾਨੂੰ ਕਿਹਾ ਸੀ ਤੁਸੀਂ ਬਾਹਰ ਗਏ, ਬਾਹਰ ਨਹੀਂ ਗਏ ਫਿਰ ਤੁਸੀਂ? ਨਹੀਂ ਨਹੀਂ, ਮੈਨੂੰ ਕੁਝ ਨਹੀਂ ਪਤਾ, ਤੁਸੀਂ ਇਹਨਾਂ ਨੂੰ ਲੈ ਜਾਓ। ਮੇਰੀ ਗੱਲ ਇਹਨਾਂ ਨੂੰ ਜਾਣਦੀ, ਮੈਂ ਸਰੀ ਦੀ ਵਾਈਫ ਹਾਂਗੀ, ਤੂੰ ਡਰ ਨਾ। ਇੱਕ ਮਿੰਟ, ਜੇ ਵੀ ਗੱਲ ਆ ਮੈਨੂੰ ਖੁੱਲ ਕੇ ਦੱਸੋ, ਮੈਂ ਪਿੰਡ ਦਾ ਸਰਪੰਚ ਆ। ਆ ਜਾਣਗੇ ਤਾਂ ਆ ਜਾਣਗੇ, ਉਹ ਕੀ ਬੰਬ ਛੱਡਦੇ? ਕਮਾਲ ਕਰੀ ਜਾਂਦੇ ਹੋ, ਇਹ ਕੁੜੀ ਮੈਨੂੰ ਲੈ ਕੇ ਆਈ ਆ, ਕਮਾਲ ਕਰੀ ਜਾਂਦੇ ਤੁਸੀਂ। ਤੁਹਾਨੂੰ ਡਰਨ ਦੀ ਲੋੜ ਨਹੀਂ, ਜੋ ਵੀ ਗੱਲ ਆ ਮੈਨੂੰ ਖੁੱਲ ਕੇ ਦੱਸੋ, ਫਿਰ ਹੀ ਪਤਾ ਲੱਗੂ, ਫਿਰ ਹੀ ਮੈਂ ਉਹਨਾਂ ਨਾਲ ਗੱਲ ਕਰੂੰਗਾ। ਜੇ ਆ ਜਾਣਗੇ ਤਾਂ ਆ ਜਾਣਗੇ, ਫਿਰ ਤੁਹਾਨੂੰ ਡਰਨ ਦੀ ਲੋੜ, ਮੈਂ ਬੈਠਾ ਨਾ। ਮੇਰੀ ਗੁੜੀਆ ਨੂੰ ਤੁਸੀਂ ਮਾਰ ਦੋਗੇ। ਮੈਂ ਕਰਦਾ ਗੱਲ, ਦੱਸੋ ਮੈਨੂੰ ਕੀ ਗੱਲ ਹੈਗੀ। ਮੈਂ ਨਾ ਅੰਕਲ ਕਿਤੇ ਬਾਹਰ ਨੀ ਗਈ ਸੀਗੀ, ਮੈਂ ਕਿਸੇ ਮੁੰਡੇ ਨੂੰ ਨਾ, ਦੱਸੋ ਭਾਈ ਜੋ ਵੀ ਗੱਲ ਆ ਖੁੱਲ ਕੇ ਦੱਸ ਦਿਓ, ਉਹਦਾ ਹੱਲ ਵੀ ਹੋ ਜਾਂਦਾ ਹੁੰਦਾ। ਮੈਂ ਕਿਸੇ ਮੁੰਡੇ ਨੂੰ, ਓਏ ਖੜਜੋ, ਇਹ ਸਾਈ ਮੇਰਾ ਕੀ ਕਰੀ ਜਾਂਦਾ ਤੂੰ? ਇਹ ਹੱਦ ਹੋ ਗਈ, ਮੈਂ ਕਹਿੰਦਾ ਛੋਟੀ ਜੋਰਾ ਸਿੰਘ ਤੂੰ ਵੀ ਇਹਦੇ ਨਾਲ ਆ ਗਿਆ। ਸਰਪੰਚ ਤੂੰ ਸਾਡੇ ਮਸਲੇ 'ਚ ਨਾ, ਮਸਲੇ 'ਚ ਨਾ। ਸਰਪੰਚ ਤਾਂ ਦੇਖ, ਤੇਰੇ ਨਾਲ ਮੇਰੇ ਉੱਧਰ ਲੈ ਕੇ ਜਾਓ ਕੁੜੀ ਨੂੰ। ਤੇਰੇ ਨਾਲ ਮੇਰਾ ਕੋਈ ਰੋਲਾ ਨਹੀਂ, ਇਹਨੇ ਸਾਡੀ ਇੱਜ਼ਤ ਰੋਲਤੀ ਸੀ। ਉਹ ਇੱਜ਼ਤ ਰੋਲਤੀ ਸੀ, ਉਹ ਗੱਲ ਦੱਸੋਗੇ ਫੇਰ ਹੀ ਪਤਾ ਲੱਗੂ। ਜੇ ਮੇਰਾ ਬਸ ਚੱਲਦਾ ਨਾ, ਟੋਟੇ ਟੋਟੇ ਕਰ ਦਿੰਦਾ ਮੈਂ। ਕਮਾਲ ਨੇ ਹਰਕਤ ਕੀਤੀ ਸੀ, ਉਹ ਹਰਕਤ ਕੀਤੀ ਸੀ। ਕੋਈ ਵੀ ਕਹਿੰਦੇ ਨੇ ਗਲਤੀ ਹੋਈ, ਹੱਲ ਵੀ ਹੁੰਦਾ ਗੱਲ ਦਾ। ਜੇ ਇਹਨੇ ਕੋਈ ਗਲਤੀ ਕੀਤੀ ਆ, ਉਹਦਾ ਹੱਲ ਵੀ ਹੋਊਗਾ ਨਾ। ਆ ਮਾਸੂਮ ਦਾ ਕੀ ਕਸੂਰ ਸੀ ਇੰਨੀ ਗਰਮੀ ਦੇ ਵਿੱਚ? ਅੰਕਲ ਕੀ ਕਸੂਰ ਨੇ? ਨਜਾਇਜ਼ ਔਲਾਦ ਆ, ਨਜਾਇਜ਼ ਔਲਾਦ। ਬਸ ਕਰੋ, ਬਕਵਾਸ ਬੰਦ ਕਰੋ। ਅੰਕਲ ਪੁਲਿਸ ਨੂੰ ਫੋਨ ਕਰੋ ਤੁਸੀਂ, ਪੁਲਿਸ ਨੂੰ ਆਈ ਠੀਕ ਹੋ। ਪੁਲਿਸ ਬੁਲਾਉਣੀ ਪਊਗੀ, ਐਵੇਂ ਕਾਰਵਾਈ ਹੋਊਗੀ, ਸਾਰੀ ਉਮਰ ਜੇਲ੍ਹ 'ਚ ਛੱਡੋਗੇ। ਇਹਨੂੰ ਤੁਸੀਂ ਐਂ ਕਰ ਨਹੀਂ ਸਕਦੇ। ਤਾਂ ਫਿਰ ਸਰਪੰਚਾ ਤੂੰ ਮੇਰੀ ਗੱਲ ਸੁਣ, ਇਹਨੇ ਅੱਜ ਤੋਂ 3 ਸਾਲ ਪਹਿਲਾਂ ਆਪਦੀ ਮਰਜ਼ੀ ਨਾਲ ਸਾਡਾ ਸਾਰਾ ਸਮਾਨ ਲੈ ਕੇ, ਪੈਸੇ ਚੱਕ ਕੇ, ਸੋਨਾ ਸੱਪਾ ਚੱਕ ਕੇ ਕਿਸੇ ਮੁੰਡੇ ਨਾਲ ਭੱਜ ਕੇ ਵਿਆਹ ਕਰਾਇਆ, ਤੇ ਫਿਰ ਉੱਥੇ ਇਹ ਕਿਉਂ ਨਾ ਰਹੀ ਉਹਦੇ? ਹੈਂ, ਅਸੀਂ ਲੋਕਾਂ ਕੋਲੇ ਕਹਿੰਦੇ ਰਹੇ ਆ ਇਹਨੂੰ ਬਾਹਰ ਤੋਰਤਾ, ਬਾਹਰ ਤੋਰਤਾ, ਤੇ ਜਦੋਂ ਸਾਡੇ ਕੋਲੇ ਪੁੱਜੀ ਹੈ ਪ੍ਰੈਗਨੈਂਟ ਹੋ ਕੇ, ਖੜ ਜਾ ਖੜ ਜਾ, ਦੱਸ ਕਿੱਥੇ ਹੈ ਉਹਦਾ ਬੰਦਾ? ਗੱਲ ਸੁਣ ਮੇਰੀ, ਮੇਰੀ ਗੱਲ ਸੁਣੋ ਤੂੰ, ਜੋ ਇਹ ਕਹਿ ਰਹੇ ਨੇ ਸੱਚਾ ਮਨ? ਨਾ ਫਿਰ ਤੂੰ ਇੱਥੇ ਕਿਵੇਂ ਆ ਗਈ? ਤੈਨੂੰ ਕਾਹ ਤੋਂ ਛੱਡਤਾ ਉਹਨੇ? ਰੱਖਿਆ ਨੀ, ਉਹ ਨਸ਼ੇੜੀ ਸੀ, 3 ਮਹੀਨੇ ਗਏ ਹੋਏ ਸੀਗੇ, ਤੇ ਜਦੋਂ ਮੇਰੇ ਕੋਲ ਕੋਈ ਚਾਰਾ ਨੀ ਸੀ, 2-3 ਦਿਨ ਤਾਂ ਮੈਂ ਰਹੀ ਉੱਥੇ। ਉਹ ਨਸ਼ੇ ਕਰਦਾ ਕਰਦਾ ਸਾਰੀਆਂ ਹੱਦਾਂ ਪਾਰ ਕਰ ਗਿਆ, ਪਤਾ ਨੀ ਕਿੱਧਰ ਟੱਪ ਗਿਆ ਕਿੱਧਰ ਨਾ। ਫਿਰ ਇੱਕ ਦਿਨ ਮੈਂ ਸੋਚਿਆ ਵੀ ਮੈਂ ਆਪਦੇ ਮਾਂ ਬਾਪ ਕੋਲ ਜਾਵਾਂ, ਭਰਾ ਕੋਲ, ਬਾਪੂ ਕੋਲ ਜਾਵਾਂ, ਤਾਂ ਮੈਂ ਇਹਨਾਂ ਦੇ ਆ ਕੇ ਦਰ ਤੇ ਖੁੰਡਾ ਖੜਕਾਇਆ। ਇਹਨਾਂ ਨੇ ਉਸ ਦਿਨ ਤੋਂ ਬਾਅਦ ਮੈਨੂੰ ਇਸ ਕੁਟੀਆ 'ਚ ਬੰਦ ਕਰਤਾ, ਨਾ ਮੇਰੀ ਨਾ ਇਹਨਾਂ ਨੇ ਮੇਰੇ ਬੱਚੇ ਦੀ ਖਬਰ ਵੀ ਨਹੀਂ ਲਈ। ਓਹੋ, ਐਡੀ ਵੱਡੀ ਗਲਤੀ ਇਹਨੇ ਤਾਂ ਜੋ ਕਰਨਾ ਸੀ ਕਰਤਾ। ਤੇ ਤੁਸੀਂ ਪੰਮਾ ਡੁਮਿਆਲ ਨੇ ਨਾ ਸੱਚ ਲਿਖਿਆ ਗਾ, ਕਹਿੰਦਾ ਭੈਣਾਂ ਨੂੰ ਕੱਢਣ ਅੱਖਾਂ 'ਚ ਚੁੰਨੀਆਂ ਸਿਰ ਤੋਂ ਖਿਸਕਦੀਆਂ,
ਆਪ ਮੋੜਾਂ ਤੇ ਖੜ ਕੇ ਪਾਉਂਦੇ ਬਾਤਾਂ ਇਸ਼ਕ ਦੀਆਂ। ਵਾਹ ਸਨੀ ਵਾਹ, ਜਦੋਂ ਤੂੰ ਮੈਨੂੰ ਪਿਆਰ ਕਰਦਾ ਸੀ ਮੈਨੂੰ ਤਾਂ ਤੂੰ ਕਿਤੇ ਵੀ ਲੈ ਜਾਂਦਾ ਸੀ, ਤੇ ਭੈਣ ਨੀ ਜਰੀ ਗਈ ਤੇ ਆਹ ਬਲੋਰ ਦਾ ਕੀ ਕਸੂਰ ਸੀ ਦੱਸੀ ਮੈਨੂੰ, ਜਿਹਨੂੰ ਆਹ ਧੂੜੀ ਵਾਲੀ ਕਮਰੇ 'ਚ ਇੰਨੀ ਗਰਮੈਸ਼ ਦੇ ਵਿੱਚ ਰੱਖ ਰੱਖਿਆ ਤੇ ਭੈਣ ਨੀ ਜਰੀ ਗਈ। ਆਪ ਤੂੰ ਜੋ ਮਰਜ਼ੀ ਕਰੇ ਬਾਪੂ, ਤੂੰ ਬਾਪ ਦੀ ਨਾ ਧੀਆਂ ਨੂੰ ਦੇਖ ਕੇ ਉਹੀ ਆਂਦਰਾਂ ਬਲੂੰਦਰੀਆਂ ਜਾਂਦੀਆਂ ਨੇ, ਮੈਨੂੰ ਤਾਂ ਤੇਰੀ ਮਰਦਾਨਗੀ ਤੇ ਨਾ ਸ਼ਰਮ ਆਉਂਦੀ ਹੈਗੀ ਵੀ ਤੂੰ ਇੱਕ ਮਰਦ ਕਹੋ ਨਾ ਤੇ ਆਪਣੀ ਧੀ ਨੂੰ ਤੂੰ ਧੂੜੀ ਵਾਲੇ ਕਮਰੇ 'ਚ ਕੈਦ ਕਰਕੇ ਰੱਖਿਆ। ਸੋਥੋਂ ਕਹਿੰਦੇ ਸਨ ਜਲਾਦ ਕਿਹੜਾ ਹੋਊਗਾ, ਨਾ ਇੱਥੇ ਕੋਈ ਪੱਖਾ ਨਾ ਪੁੱਖਾ, ਆਹ ਧੂੜੀ ਦਾ ਕੋਲੇ ਕਮਰਾ ਭਰਿਆ ਪਿਆ, ਉਹ ਵੀ ਬੰਦੇ ਨੂੰ ਗਰਮੀ ਇੰਨੀ ਉਹ ਵੀ ਮਾਰ ਜਾਂਦੀ ਹੈ, ਤੁਸੀਂ ਤਾਂ ਇਹ ਤੋਂ ਵੀ ਗਏ ਗੁਜਰੇ ਹੋ। ਚਲੋ ਠਮਨ ਸਰਪੰਚ, ਸਾਡੀ ਇੱਜ਼ਤ ਦਾ ਸਵਾਲ ਸੀਗਾ ਇਹ, ਓਏ ਇਹਦੇ ਨਾਲ ਜ਼ਿਆਦਾ ਇੱਜ਼ਤ ਬਣੂਗੀ, ਸਮਤਾ ਮਾਰ ਕਰੀ ਜਾਂਦੇ ਹੋ। ਜੇ ਪੁੱਤ ਕਰੇ ਤਾਂ ਵਾਹ ਵਾਹ ਹੁੰਦੀ ਆ, ਜੇ ਧੀ ਕਰੇ ਤਾਂ ਤੁਹਾਡੀ ਨੀਵੀਂ ਪੈਂਦੀ ਆ। ਆ ਪੁੱਤ ਨੇ ਕੀ ਕੀਤਾ ਸੀ, ਫਿਰ ਮੈਂ ਮੰਨਦਾ ਤੂੰ ਸਹੀ ਹੈ, ਇਹਨੂੰ ਵੀ ਅੰਦਰ ਤਾਰਦਾ ਬਰੋਬਰ। ਉੱਠ ਉੱਠ ਦੇਖਦੀ ਆ ਮੈਂ ਕੌਣ ਰੋਕੂ। ਚਲੋ ਭਾਈ ਐਂ ਕਿਵੇਂ ਮੰਨਣਗੇ, ਚਲੋ ਤੁਸੀਂ ਚੱਪਲ ਪਾ ਦੇਖਦੀ ਆ ਕਿ ਕਿਹੜਾ ਮਰਦ ਜੰਮਿਆ ਹੋਇਆਗਾ ਜਿਹੜਾ ਤੈਨੂੰ ਰੋਕੂਗਾ। ਆ ਜਾ ਗਲਤੀ ਤਾਂ ਆਪਾਂ ਤੋਂ ਹੋਈ ਆ, ਮੈਂ ਕਹਿੰਦਾ ਵੀ ਕਸੂਰ ਤਾਂ ਇਕੱਲੀ ਅਮਨ ਦਾ ਸੀ, ਵੀ ਉਹ ਬੱਚੇ ਦਾ ਕੀ ਦੋਸ਼ ਸੀਗਾ। ਬਾਪੂ ਮੈਨੂੰ ਤਾਂ ਸ਼ਰਮ ਜਿਹੀ ਆਈ ਜਾਂਦੀ ਆ। ਉਹ ਕੋਈ ਨਾ ਪੁੱਤ, ਜਿਹੜੀ ਗਲਤੀ ਹੋ ਗਈ ਹੋ ਗਈ, ਹੁਣ ਕਰੀਏ ਕੀ, ਆਪਣੀ ਅਣਖ ਦਾ ਸਵਾਲ ਸੀਗਾ ਇਹ। ਚੱਲ ਕੋਈ ਨਾ ਬਾਪੂ, ਆਪਾਂ ਮੈਂ ਭੈਣ ਤੋਂ ਤੇ ਤੂੰ ਆਪਦੀ ਕੁੜੀ ਤੋਂ ਮਾਫੀ ਮੰਗਦਾ। ਚੱਲ ਆ ਜਾ, ਕੋਈ ਗੱਲ ਨਹੀਂ। ਉੱਚੀ ਹਾਂਜੀ ਦੋਸਤੋ, ਸਾਡੇ ਵੱਲੋਂ ਸਾਰੀ ਟੀਮ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਹਾਂਜੀ ਤੁਸੀਂ ਸਾਡੀਆਂ ਵੀਡੀਓ ਨੂੰ ਬਹੁਤ ਪਿਆਰ ਦੇ ਰਹੇ ਹੋ, ਤੁਸੀਂ ਚੰਗੇ ਚੰਗੇ ਕਮੈਂਟ ਕਰਦੇ ਹੋ, ਤੁਹਾਨੂੰ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ। ਹੁਣ ਆਪਾਂ ਉਹਨਾਂ ਦੇ ਨਾਮ ਬੋਲ ਰਹੇ ਹਾਂ ਜਿਨ੍ਹਾਂ ਨੇ ਆਪਾਂ ਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਨੇ। ਬਲਵਿੰਦਰ ਸਿੰਘ, ਹਾਂਜੀ ਬਲਵਿੰਦਰ ਸਿੰਘ ਜੀ, ਸੁਮਨ ਵਾਲਾ, ਸੁਮਨ ਵਾਲਾ ਜੀ ਤੁਹਾਡਾ ਥੈਂਕ ਯੂ ਬਹੁਤ ਬਹੁਤ। ਭੋਲਾ ਗਿੱਲ ਜੀ, ਹਾਂਜੀ ਭੋਲਾ ਗਿੱਲ ਜੀ, ਆਉਂਦੇ ਰਹੋ, ਸਾਡੀਆਂ ਵੀਡੀਓ ਵੇਖਦੇ ਰਹੋ, ਸ਼ੇਅਰ ਕਰਦੇ ਰਹੋ, ਥੈਂਕ ਯੂ। ਨੀਲਮ, ਹਾਂਜੀ ਨੀਲਮ, ਹਾਂਜੀ ਨੀਲਮ ਬਾਲਮਿਕੀ ਜੀ, ਇੱਥੇ ਹੀ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ, ਸ਼ੇਅਰ ਵੀ ਕਰਿਆ ਕਰੋ, ਵਟਸਐਪ ਸਟੇਟਸ ਵੀ ਲਾਇਆ ਕਰੋ। ਡਾਕਟਰ ਸਖਰਾਜ ਸਿੰਘ ਜੀ, ਹਾਂਜੀ ਡਾਕਟਰ ਸਖਰਾਜ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ, ਥੈਂਕ ਯੂ ਆ ਦਿਲੋਂ। ਬੇਬੇ ਭੰਗੂ, ਬੇਬੇ ਭੰਗੂ ਸੰਦੀਪ ਸਿੰਘ ਜੀ, ਜਿਹਦਾ ਰੈਗੂਲਰ ਕਮੈਂਟ ਆਉਂਦਾ ਹੈ ਨਾ ਬਾਈ ਦਾ, ਵੈਸੇ ਤਾਂ ਜਿੰਨੇ ਅਸੀਂ ਨਾਮ ਬੋਲਿਆ ਸਾਰਿਆਂ ਦੇ ਰੈਗੂਲਰ ਕਮੈਂਟ ਹੀ ਆਉਂਦੇ ਆ, ਅਸੀਂ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਹੋਰ ਦੱਸਣਾ ਚਾਹੁੰਦੇ ਆ, ਤੁਸੀਂ ਨਾ ਸਾਨੂੰ ਮਤਲਬ ਕਿ ਜਿੰਨੇ ਤੁਹਾਡੇ ਵਟਸਐਪ ਗਰੁੱਪ ਹੁੰਦੇ ਨੇ ਸਟੇਟਸ ਲਾ ਕੇ ਵਟਸਐਪ ਗਰੁੱਪਾਂ ਦੇ ਵਿੱਚ ਮਤਲਬ ਕਿ ਸੈਂਡ ਕਰਕੇ ਸਕਰੀਨਸ਼ਾਟ ਭੇਜਿਆ ਕਰੋ, ਅਸੀਂ ਬਕਾਇਦਾ ਤੁਹਾਡਾ ਨਾਮ ਥੱਲੇ ਕਮੈਂਟਾਂ ਦੇ ਵਿੱਚ ਲਿਖ ਕੇ ਥੈਂਕ ਯੂ ਕਰਿਆ ਕਰਾਂਗੇ। ਹਰਵਿੰਦਰ ਕੌਰ ਤੇ ਮਨਜੀਤ ਕੌਰ, ਠੀਕ ਆ ਜੀ, ਨਰਿੰਦਰ ਕੌਰ, ਸੰਦੀਪ ਸਿੰਘ ਅਸੀਂ ਪਹਿਲਾਂ ਬੋਲਤਾ, ਤੇ ਲਵ ਧਾਲੀਵਾਲ ਜੀ, ਤੇ ਆਹ ਕੀ ਆ ਰੀਤਾ ਵਾਜਵਾ ਜੰਮੂ ਤੋਂ, ਰੀਤਾ ਵਾਜ, ਹਾਂ ਰੀਤਾ ਵਾਜਵਾ, ਬਾਕੀ ਸੁਮਨ ਬਾਲੇ ਜੀ ਦਾ ਅਸੀਂ ਪਹਿਲਾਂ ਨਾਮ ਦਿੱਤਾ। ਬਾਕੀ ਜਿਹੜੇ ਵੀ ਸਾਨੂੰ ਨਵੇਂ ਕਮੈਂਟ ਆਉਣਗੇ ਅਸੀਂ ਅਗਲੀ ਵੀਡੀਓ 'ਚ ਜ਼ਰੂਰ ਉਹਨਾਂ ਦੇ ਨਾਮ ਬੋਲਾਂਗੇ। ਬਾਕੀ ਧੰਨਵਾਦ ਜੀ। ਅਤੇ ਬਾਕੀ ਤੁਹਾਨੂੰ ਪਤਾ ਹੀ ਆਪਣੀ ਵੀਡੀਓ ਦਾ, ਵੀਡੀਓ ਬਣਾਉਣ ਦਾ ਸਾਡਾ ਇਹੀ ਮਸਲਾ ਹੁੰਦਾ ਵੀ ਕਿਸੇ ਨੂੰ ਆਪਣਾ ਸੁਝਾਅ ਮਿਲ ਜੇ, ਹਾਂ ਵੀ ਕੋਈ ਵਧੀਆ ਮੈਸੇਜ ਮਿਲੇ ਅਤੇ ਤਾਂ ਕਿ ਕੋਈ ਸਿੱਖਿਆ ਮਿਲੇ,
ਹੁਣ ਅਸੀਂ ਅੱਜ ਇੱਕ ਵੀਡੀਓ ਬਣਾਈ ਆ, ਇਹਦੇ ਤੋਂ ਤੁਹਾਨੂੰ ਬਹੁਤ ਵਧੀਆ ਸਿੱਖਿਆ ਮਿਲੂਗੀ ਵੀ ਜੇ ਮੁੰਡਾ ਕਰੇ ਤਾਂ ਮਾਣ ਉੱਚਾ, ਜੇ ਮੁੰਡਾ ਕਿਸੇ ਦੀ ਕੁੜੀ ਭਜਾ ਲਿਆ ਤਾਂ ਉਹਦੇ ਲਈ ਕੁਛ ਵੀ ਨਹੀਂ, ਜੇ ਕੁੜੀ ਨੇ ਲਵ ਮੈਰਿਜ ਕਰਾ ਲਈ ਚਲੋ ਮੁੰਡਾ ਮੂਹਰੋਂ ਗਲਤ ਨਿਕਲ ਗਿਆ ਹੈ ਨਾ, ਉੱਥੇ ਵੀ ਮੁੰਡਾ ਹੀ ਮੂਹਰੋਂ ਗਲਤ ਨਿਕਲਿਆ ਤਾਂ ਉੱਥੇ ਉਹਦੇ ਬਾਪੂ ਨੇ ਅਤੇ ਭਰਾ ਨੇ ਕਿੰਨੀ ਮਾੜੀ ਕੀਤੀ ਹੈ ਨਾ, ਇੱਕ ਮਾਸੂਮ ਬੱਚਾ ਵੀ ਨਹੀਂ ਦੇਖਿਆ ਜਿਹੜਾ ਕਿ ਪ੍ਰੈਗਨੈਂਟ ਹੈ, ਉਹਨੂੰ ਲੇਡੀਜ਼ ਨੂੰ ਉੱਥੇ ਰੱਖਿਆ, ਉੱਥੇ ਉਹਨੂੰ ਜਨਮ ਦਵਾਇਆ ਤੂੜੀ ਵਾਲੇ ਕੋਠੇ 'ਚ। ਬਾਕੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਕੇ ਦੱਸੋ। ਆਪਾਂ ਨੂੰ ਇੱਦਾਂ ਨਹੀਂ ਕਰਨਾ ਚਾਹੀਦਾ, ਆਪਣੇ ਬੱਚੇ ਨੂੰ ਸਮਝਾਉਣਾ ਚਾਹੀਦਾ, ਜੇ ਕੋਈ ਗਲਤੀ ਵੀ ਹੋ ਜਾਂਦੀ ਬੱਚਿਆਂ ਤੋਂ ਆਪਾਂ ਨੂੰ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ, ਜਾਣ ਬੁੱਝ ਕੇ ਆਪਾਂ ਨੂੰ ਗਲਤੀ ਨਹੀਂ ਕਰਨੀ ਚਾਹੀਦੀ। ਗਲਤੀਆਂ ਇਨਸਾਨ ਤੋਂ ਹੁੰਦੀਆਂ, ਇਨਸਾਨ ਗਲਤੀਆਂ ਦਾ ਪੁਤਲਾ, ਪਲੀਜ਼ ਇੱਦਾਂ ਨਾ ਤੁਸੀਂ ਕਰਿਆ ਕਰੋ, ਇਨਸਾਨੀਅਤ ਮਾੜੀ ਮੋਟੀ ਜੀਵਤ ਰੱਖੋ ਕਿਉਂਕਿ ਅੱਜ ਕੱਲ੍ਹ ਇਨਸਾਨੀਅਤ ਮਰਦੀ ਜਾ ਰਹੀ ਆ। ਇਸ ਕਰਕੇ ਜੇ ਕੋਈ ਤਾਂ ਸਾਨੂੰ ਸਟੋਰੀ ਦੇਣਾ ਚਾਹੁੰਦਾ, ਤੁਹਾਡੇ ਆਲੇ ਦੁਆਲੇ ਕੋਈ ਵੀ ਸੱਚੀ ਘਟਨਾ ਵਾਪਰੀ ਹੋਵੇ ਤਾਂ ਤੁਸੀਂ ਚੈਨਲ ਤੋਂ ਸਾਡਾ ਨੰਬਰ ਲੈ ਕੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ, ਸਾਨੂੰ ਸਟੋਰੀ ਦੇ ਸਕਦੇ ਹੋ। ਬਹੁਤ ਬਾਕੀ ਅੱਜ ਆਪਾਂ ਟਾਈਟਲ 'ਚ ਅੰਕਲ ਦਾ ਨੰਬਰ ਪਾਵਾਂਗੇ, ਅੰਕਲ ਜੀ ਦਾ ਅੱਜ ਆਪਾਂ ਟਾਈਟਲ ਦੇ ਵਿੱਚ ਨੰਬਰ ਪਾਵਾਂਗੇ, ਠੀਕ ਆ। ਜਿਨ੍ਹਾਂ ਕੋਲ ਵੀ ਨੰਬਰ ਨਹੀਂ ਹੈਗਾ ਉਹ ਆਪਣੇ ਟਾਈਟਲ ਤੋਂ ਨੰਬਰ ਚੱਕ ਸਕਦੇ ਆ। ਧੰਨਵਾਦ ਜੀ।